ਤੂੰ ਜਾਣਾ ਕਿ ਨਹੀਂ ਹੋਰ ਮੈਂ ਤੈਨੂੰ ਪੁੱਤਾ ਕਰਾ ਦਿਆਂ ਹੁਣ ਜਾ ਚਲਾ ਜਾ ਦਾ ਨਹੀਂ ਕਰੀਦਾ ਕਿਸੇ ਨੇ ਦੇਖੋ ਜੀ ਜਦੋਂ ਡਾਕਟਰ ਆਪਰੇਸ਼ਨ ਥੀਟਰ ਚੋਂ ਨਾੜ ਕੱਢਦਾ ਨਾ ਜਿਹੜੀ ਪੈਂਡਕਸ ਦੀ ਜੀ ਜੀ ਉਹ ਤੇਰੇ ਰਗਿਆਂ ਨੂੰ ਫੜਾਉਂਦਾ ਵੀ ਕਾਕਾ ਇਹਨੂੰ ਦੂਰ ਸੁੱਟ ਕੇ ਆ ਏਰੀਆ ਦੇ ਡਾਕਟਰ ਯਕੀਨ ਕਰ ਆਪਰੇਸ਼ਨ ਥੀਟਰ ਦੇ ਵਿੱਚ ਵੱਡੀਆਂ ਲਾਈਟਾਂ ਲਾ ਕੇ ਨਾ ਤੇ ਡਾਂਸ ਕਰ ਰਹੇ ਹੁੰਦੇ ਦਿਲ ਮੇਰੇ ਹੈ ਦਰਦ ਦੇ ਡਿਸਕੋ ਦਰਦ ਦੇ ਡਿਸਕੋ ਇਸ ਤੋਂ ਨਹੀਂ ਪੀਦਾ ਵੀ ਕੋਈ ਹਿਸਾਬ ਜਿਵੇਂ ਗੁਜਰਾਵਾਲੇ ਜਿਵੇਂ ਔਰਤਾਂ ਮਿੱਟੀ ਖਾਂਦੀਆਂ ਤੇ ਫਿਰ ਪਹਿਲਵਾਨ ਪੈਦਾ ਹੁੰਦੇ ਮਿੱਟੀ ਮਿੱਟੀ ਦਾ ਫਰਕ ਆ ਜਿਸ ਤਰ੍ਹਾਂ ਕਾੜੇ ਦੀਆਂ ਔਰਤਾਂ ਮਿੱਟੀ ਖਾਂਦੀਆਂ ਤੇ ਗਡੋਏ ਪੈਦਾ ਹੁੰਦੇ ਮੈਨੂੰ ਇਹ ਆ ਕਿ ਮੈਨੂੰ ਸਾਦਾ ਅਫਸੋਸ ਹੁੰਦਾ ਵਾਲ ਬੇਲਾ ਭਾਈ ਮੈਂ ਇਹ ਪਾਕਿਸਤਾਨ ਤੋਂ ਕਾਸ਼ ਮੈਂ ਇਟਲੀ ਹੁੰਦਾ ਤੇ ਸ਼ਾਇਦ ਤੁਸੀਂ ਨਾ ਹੁੰਦੇ ਅਸਲਾਮ ਵਾਲੇਕਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਅਲਬੈਲਾ ਟੀਵੀ ਅੱਜ ਮੈਂ ਡਾਕਟਰ ਸਾਕਬ ਸਾਹਿਬ ਨੂੰ ਲੈ ਕੇ ਆਇਆ ਹਾਂ ਬੜੀ ਮੁਸ਼ਕਲ ਨਾਲ ਅੱਜ ਉਹਨਾਂ ਨਾਲ ਕਰੋਨਾ ਦੇ ਅਸੀਂ ਗੱਲਬਾਤ ਕਰਾਂਗੇ ਤੇ ਉਹ ਕਰੋਨਾ ਦੇ ਬਾਰੇ ਕੀ ਕਹਿੰਦੇ ਨੇ ਜੀ ਅਸਲਾਮ ਵਾਲੇਕਮ ਡਾਕਟਰ ਸਾਕਬ ਸਾਹਿਬ ਵਾਲੇਕਮ ਸਲਾਮ ਸਭ ਤੋਂ ਪਹਿਲੇ ਤੇ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੇ ਕੀਮਤੀ ਵਕਤ ਚੋਂ ਥੋੜਾ ਜਿਹਾ ਵਕਤ ਕੱਢਿਆ ਤੁਹਾਡੇ ਕੋਲ ਵਕਤ ਹੈ ਸੀ ਨਾ ਅਜੇ ਤੇ ਵਕਤ ਹੈ ਤੁਹਾਡੇ ਕੋਲ ਬੜਾ ਜੀ ਜੀ ਮੈਂ ਯਾਨੀ ਕਾਲ ਆਈ ਵਕਤ ਕਿਸੇ ਦਾ ਦੋਸਤ ਨਹੀਂ ਵਕਤ ਕੱਢਣਾ ਚਾਹੀਦਾ ਇੱਕ ਦੂਸਰੇ ਵਾਸਤੇ ਜੀਲ ਬੇਲਾ ਸਰ ਸਹੀ ਗੱਲ ਹੈ ਅਸੀਂ ਵਕਤ ਨਾ ਪਹੁੰਚ ਗਏ ਉਹ ਇਹ ਬੜੀ ਗੱਲ ਹੈ ਜੀ ਹਾਂ ਜੀ ਮੈਂ ਟਾਈਮ ਨਾ ਦੇਖ ਲਓ ਮੈਂ ਤੁਹਾਡੇ ਤੁਹਾਡੀ ਕਾਲ ਆਈ ਆ ਹਾਂ ਜੀ ਟਾਈਮ ਟਾਈਮ ਦੀਆਂ ਗੱਲਾਂ ਜੀ ਦੇਖੋ ਜੀ ਤੇ ਸਾਡੇ ਮੁਲਕ ਚ ਵੀ ਮਤਲਬ ਡੈਮ ਬਣਨਾ ਚਾਹੀਦਾ ਹੁਣ ਤੇ ਟਾਈਮ ਆ ਗਿਆ ਹੈ ਹਾਂ ਜੀ ਤੇ ਕਲੀਨਿੰਗ ਤੇ ਇੰਨਾ ਰਸ਼ ਸੀ ਪੇਸ਼ੈਂਟਸ ਇੰਨੇ ਸੀ ਕੀ ਗੱਲ ਉੱਥੇ ਝਗੜਾ ਹੋ ਗਿਆ ਸੀ ਕਾਹਦਾ ਰਸ਼ ਸੀ ਪੇਸ਼ੈਂਟ ਮੇਰੇ ਜੜੇ ਨੇ ਉਹ ਆਏ ਸੀ ਅੱਛਾ ਅੱਛਾ ਤੁਸੀਂ ਸ਼ਾਮ ਨੂੰ ਕਿੰਨੇ ਵਜੇ ਬਹਿੰਦੇ ਓਥੇ ਮੈਂ 7 ਤੋਂ 10 ਵਜੇ ਤੱਕ ਕਲੀਨਿੰਗ ਤੇ ਨਾ 7 ਤੋਂ 10 ਹਾਂ ਜੀ ਮਤਲਬ 3 ਘੰਟੇ ਫਿਲਮ ਵਾਲਾ ਹੀ ਟਾਈਮ ਆ ਤੁਹਾਡਾ ਹਨਾ 7 ਤੋਂ 10 ਇੱਕ ਫਿਲਮ ਚੱਲਦੀ ਸੀ ਨਾ 7 ਤੋਂ 10 ਫਿਰ 10 ਤੋਂ ਇਹ ਸ਼ੋਅਸ ਤੇ ਨਹੀਂ ਉਹ ਪੇਸ਼ੈਂਟ ਦੀ ਟਾਈਮਿੰਗ ਦੇਖੀਦੀ ਆ ਮਗਰਬ ਤੋਂ ਬਾਅਦ ਹੁੰਦੇ ਨੇ ਜ਼ਿਆਦਾਤਰ ਰੁਝਾਨ ਜਿਹੜਾ ਲੋਕਾਂ ਦਾ ਵਾ ਉੱਥੇ ਤੁਸੀਂ ਆਰਾਮ ਨਾਲ ਹੀ ਬਹਿੰਦੇ ਹੋ ਨਾ ਕੋਈ ਸ਼ੋਰ ਸ਼ੋਰ ਤੇ ਨਹੀਂ ਮਤਲਬ ਕੋਈ ਤਕਲੀਫ ਤੇ ਨਹੀਂ ਤੁਹਾਨੂੰ ਉੱਥੇ ਬਹਿਣ ਚਾਹੁੰਦੀ ਨਹੀਂ ਨਹੀਂ ਜੀ ਹਸੀ ਤੇ ਤਕਲੀਫਾਂ ਦੂਰ ਕਰਨ ਵਾਸਤੇ ਬੈਠੇ ਆ ਇਹ ਮੈਂ ਕਹਿਆ ਅਸੀਂ ਤੇ ਮਰਾਦ ਅਸੀਂ ਕੀ ਤਕਲੀਫ ਚਾਣਾ ਤੇ ਲੋਕਾਂ ਦੀ ਖidmat ਕਰੀਦੀ ਹੈ ਡਾਕਟਰ ਇੱਕ ਮਸੀਹਾ ਹੁੰਦਾ ਜੀ ਦੇਖੋ ਜ਼ਿੰਦਗੀਆਂ ਬਚਾਣਾ ਡਾਕਟਰਾਂ ਦਾ ਕੰਮ ਆ ਜੀ ਦੇਖੋ ਇਹ ਮੇਰੇ ਵਾਸਤੇ ਵੀ ਬੜੀ ਪ੍ਰਾਊਡ ਦੀ ਗੱਲ ਆ ਕਿ ਮੈਂ ਇਸ ਸ਼ੋਬੇ ਨੂੰ ਜੁਆਇਨ ਕੀਤਾ ਤੇ ਲੋਕਾਂ ਦੀ ਅਸੀਂ ਖidmat ਕਰ ਰਹੇ ਹਾਂ ਮਿਹਰਬਾਨੀ ਅੱਛਾ ਜੀ ਜਿਹੜੀ ਕੋਵਿਡ ਵੇਵ ਆਈ ਨਵੀਂ ਇਹਦੇ ਬਾਰੇ ਤੁਹਾਡਾ ਕੀ ਖਿਆਲ ਆ ਤੇ ਕੀ ਕਿਹਾ ਜੈ ਬਿਲਾ ਸਾਹਿਬ ਇਹ ਕਰੋਨਾ ਦੀ ਜਿਹੜੀ ਨਵੀਂ ਲਹਿਰ ਆਈ ਆ ਲਹਿਰ ਇਹਦੇ ਬਾਰੇ ਮੈਂ ਪੁੱਛ ਰਿਹਾ ਲਹਿਰ ਨਹੀਂ ਦਿਲ ਵਿੱਚ ਇੱਕ ਲਹਿਰ ਸੀ ਉઠી ਹੈ ਅਬੀ ਇਹ ਲਹਿਰ ਅੱਛਾ ਹੈ ਉਹ ਕਰੋਨਾ ਤੇ ਦੇਖੋ ਜੀ ਸਾਡੇ ਦੇ ਸ਼ੋਭਾ ਵਾ ਅਸੀਂ ਤੇ ਮਰੀਜ਼ ਦੇਖਨੇ ਆ ਕਰੋਨਾ ਦੇ ਮੈਂ ਇਸੇ ਲਈ ਤੁਹਾਨੂੰ ਬੁਲਾਇਆ ਹੋਰ ਤੁਹਾਡੇ ਕੋਲੋਂ ਅੱਲਾ ਮਾਫੀ ਤੇ ਵਰਤਨ ਨਹੀਂ ਮੈਂ ਤੁਆਉਣੇ ਕਰੋਨਾ ਦਾ ਤੇ ਤੁਹਾਨੂੰ ਪਤਾ ਵਾ ਵੀ ਅਸੀਂ ਇਹ ਬੜੇ ਜਿਹੜੇ ਮਰੀਜ਼ ਆਏ ਨੇ ਉਹਨਾਂ ਨੂੰ ਅਸੀਂ ਸੇਧ ਯਾਬ ਕਰਕੇ ਮੇਰੇ ਕਲੀਨਿਕ ਤੋਂ ਗਏ ਨੇ ਬੜੇ ਸਾਰੇ ਮਰੀਜ਼ ਆਏ ਬਸ ਇਸੇ ਲਈ ਬੁਲਾਇਆ ਕਿ ਸਾਡੇ ਨਾਜ਼ਰੀਨ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਜ਼ਰਾ ਤੁਸੀਂ ਦੱਸ ਦਿਓ ਤਾਂ ਕਿ ਅਵੇਰਨੈਸ ਉਹਨਾਂ ਨੂੰ ਮਿਲੇ ਕਿ ਇਹ ਅਸਲ ਗੱਲ ਕੀ ਹੈ ਤੇ ਕਿਸ ਤਰ੍ਹਾਂ ਇਹਦੇ ਕੋ ਬਚਣਾ ਕਰੋਨਾ ਕੀ ਹੈ ਮੈਨੀ ਅਨਬੇਰੇਬਲ ਆਵਰਸ ਲੇਟਰ ਡਾਕਟਰ ਸਾਹਿਬ ਕੀ ਸੋਚ ਰਹੇ ਹੋ ਮੈਂ ਤੁਹਾਡੇ ਕੋਲੋਂ ਕਰੋਨਾ ਦੇ ਬਾਰੇ ਪੁੱਛਿਆ ਉਹ ਨਹੀਂ ਜੀ ਸੋਚ ਕੁਝ ਨਹੀਂ ਰਿਹਾ ਮੈਂ ਮੈਨੂੰ ਐਵੇਂ ਆਇਆ ਵੀ ਪਤਾ ਨਹੀਂ ਮੈਂ ਕਲੀਨਿਕ ਤੇ ਪੱਖਾ ਚੱਲਦਾ ਛੱਡ ਆਇਆ ਮੈਂ ਇਹ ਬੱਚੇ ਹਨਾ ਨਾਲ ਤੋਂ ਪਿੱਛੇ ਜਿਹੜੇ ਕੰਪਿਊਟਰ ਹੁੰਦੇ ਆ ਖਿਆਲ ਨਹੀਂ ਕਰਦੇ ਅੱਛਾ ਉਹ ਸੋਚ ਰਹੀ ਸੀ ਤੁਸੀਂ ਜੀ ਹਾਂ ਜੀ ਹਾਂ ਜੀ ਸੋਚ ਅੱਛੀ ਹੈ ਤੁਹਾਡੀ ਜੀ ਪਿਛਲਾ ਵੀ ਸੋਚਣਾ ਚਾਹੀਦਾ ਹਾਂ ਜੀ ਅੱਛਾ ਡਾਕਟਰ ਸਾਹਿਬ ਇਹ ਦੱਸੋ ਕੀ ਕਰੋਨਾ ਕਿਹੜੀ ਕਮਿਊਨਿਟੀ ਨੂੰ ਜ਼ਿਆਦਾ ਮਤਲਬ ਇਫੈਕਟ ਕਰ ਰਿਹਾ ਹੈ ਬੜਾ ਬੜਾ ਮਜ਼ੇਦਾਰ ਕੁਐਸਚਨ ਕੀਤਾ ਵਾ ਮੈਨੂੰ ਖੁਸ਼ੀ ਹੋਈ ਹੈ ਕਿ ਦੇਖੋ ਆਪਣਾ ਹਲਵੇਲਾ ਭਾਈ ਸਭ ਤੋਂ ਜ਼ਿਆਦਾ ਜਿਹੜਾ ਕਰੋਨਾ ਵਾਂ ਹਾਇਰ ਐਜੂਕੇਟ ਲੋਕਾਂ ਨੂੰ ਜਿਹੜਾ ਵਾ ਇਹ ਇਫੈਕਟ ਕਰ ਲਿਆ ਵਾ ਉਹਨਾਂ ਨੂੰ ਇਹ ਉਹਨਾਂ ਨੂੰ ਜ਼ਿਆਦਾ ਪਕੜ ਕਰ ਰਿਹਾ ਜਿਹੜੇ ਜ਼ਿਆਦਾ ਅਹਿਸਾਸ ਲੋਕ ਨੇ ਜਿਹੜੇ ਅਹਿਸਾਸ ਜ਼ਿਆਦਾ ਨੇ ਮੀਨਸ ਇਹ ਆ ਵੀ ਜਿਹੜਾ ਲੋਕ ਜ਼ਿਆਦਾ ਕੇਅਰ ਕਰ ਰਹੇ ਆ ਸੈਨੀਟਾਈਜ਼ ਆਪਣੇ ਆਪ ਨੂੰ ਰੱਖ ਰਹੇ ਆ ਮਸਲਨ ਕੁੰਡੇ ਕੁੰਡੇ ਨੂੰ ਹੱਥ ਲਾਇਆ ਤੇ ਸੈਨੀਟਾਈਜ਼ ਹਾਂਜੀ ਚੁੱਲੇ ਦੇ ਬਟਨ ਨੂੰ ਹੱਥ ਲਾਇਆ ਤੇ ਸੈਨੀਟਾਈਜ਼ ਤੇ ਸੈਨੀਟਾਈਜ਼ ਏਟੀਐਮ ਤੇ ਗਿਆ ਤਾਂ ਮੈਂ ਏਟੀਐਮ ਤੇ ਗਿਆ ਤਾਂ ਵੀ ਸੈਨੀਟਾਈਜ਼ ਹੱਥ ਨਹੀਂ ਮਿਲਾਂਦੇ ਕਿਸੇ ਨਾਲ ਮਾਸਕ ਵੀ ਲਾਇਆ ਦੂਰੋਂ ਹਾਂਜੀ ਦੂਰੋਂ ਇੰਜ ਕਰਦੇ ਆ ਹਾਂਜੀ ਬਲਕਿ ਇੰਜ ਵੀ ਕਰਦੇ ਆ ਇੰਜ ਆਹ ਕਈ ਇੰਜ ਵੀ ਕਰਦੇ ਹਾਂਜੀ ਇਸ ਤਰ੍ਹਾਂ ਵੀ ਕਰਦੇ ਆ ਵੀ ਐਂ ਕਰਦੇ ਹਾਂਜੀ ਬਸ ਤੁਸੀਂ ਤੁਸੀਂ ਇਹ ਤੁਸੀਂ ਮੂੰਹ ਕਰੋ ਉਹ ਵੀ ਹੁੰਜਦਾ ਹੀ ਹੈ ਤੇ ਉਹ ਮੀਂਹ ਮੈਂ ਦੱਸ ਗਏ ਇਹ ਗੱਲ ਰਹੀ ਸੀ ਪੀ ਇਹ ਲੋਕ ਜਿੰਨੀ ਕੇਅਰ ਸੇ ਅਦਾ ਕਰ ਰਹੇ ਉਹਨਾਂ ਨੂੰ ਜ਼ਿਆਦਾ ਫੈਕਟ ਹੋ ਰਿਹਾ ਕਿਉਂਕਿ ਆਮ ਮਜ਼ਦੂਰ ਦੇ ਬਨਿਸਬਤ ਜਿਹੜੇ ਸਾਸ ਲੋਕ ਨੇ ਜਿਹੜੇ ਐਜੂਕੇਟਿਡ ਲੋਕ ਨੇ ਉਹਨਾਂ ਚ ਕੂਵਤ ਤੇ ਮਦਾਫਤ ਜਿਹੜੀ ਆ ਬਹੁਤ ਘੱਟ ਹੁੰਦੀ ਹੈ ਜੀ 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 ਦੇਖੋ ਨਾ ਇੱਕ ਬੰਦੇ ਦੀ ਰੂਟੀਨ ਆ ਉਹਨੇ ਕਰੋ ਨਿਕਲਣਾ ਵਾ ਜੇ ਗਰਮੀ ਆ ਕਾਰ ਏਸੀ ਗੱਡੀ ਚ ਏਸੀ ਤੇ ਅੱਗੇ ਆਫਿਸ ਗਿਆ ਉਥੇ ਸੀ ਉਹਨਾਂ ਲੋਕਾਂ ਨੂੰ ਟਿਸ਼ੂ ਦੀ ਜਾਨ ਨਹੀਂ ਛੱਡਦੇ ਲੋਕ ਹਾਂਜੀ ਹਾਂਜੀ ਤੇ ਸੈਨੀਟਾਈਜ਼ ਆਪਣੇ ਆਪ ਨੂੰ ਕਰਦੇ ਆ ਤੇ ਬੱਚਿਆਂ ਨੂੰ ਕਹਿੰਦੇ ਪਿੱਛੇ ਹੋ ਜਾ ਪਿੱਛੇ ਹੋ ਜੋ ਮੈਨੂੰ ਮੇਰੇ ਹੱਥ ਨਾ ਲਗਾਣ ਮੈਂ ਬਾਹਰ سے ਆਇਆ ਹਾਂ ਕਿ ਕੀ ਤੈਨੂੰ ਹੋ ਗਿਆ ਮਸਲਨ ਬਾਹਰੋਂ ਆਇਆ ਤੇ ਤੂੰ ਇਸ ਤਰ੍ਹਾਂ ਲੋਕ ਕਿ ਉਹਨਾਂ ਨੂੰ ਜ਼ਿਆਦਾ ਕਰੋਨਾ ਅੱਛਾ ਇਫੈਕਟ ਕਰਦਾ ਬਿਲਕੁਲ ਬਿਲਕੁਲ ਆ ਮਜ਼ਦੂਰਾਂ ਦਾ ਦੇਖ ਲਓ ਤੁਸੀਂ ਵੇਲਾ ਭਾਈ ਹਾਂ ਜੀ ਆ ਦੇਖ ਲਓ ਜੋੜੇ ਪੁਲ ਤੇ ਕਿੰਨੇ ਮਜ਼ਦੂਰ ਬੈਠੇ ਹੁੰਦੇ ਆਪਸ ਹੀ ਮਿਲ ਮੁਲ ਕੇ ਰੋਟੀ ਵੀ ਖਾ ਰਹੇ ਇੱਕ ਦੂਜੇ ਨੂੰ ਮੈਂ ਕਹਿੰਨਾ ਵੀ 2-250 ਮਜ਼ਦੂਰ ਆ ਜੋੜੇ ਪੁਲ ਤੇ ਬੈਠਾ ਤੁਸੀਂ ਵੀ ਤੁਹਾਡੀ ਵੀ ਨਜ਼ਰਾਂ ਚੋਂ ਨੰਗਿਆ ਹੋਏਗਾ ਹਾਂ ਜੀ ਮੈਂ ਤੁਹਾਨੂੰ ਵੀ ਉੱਥੋਂ ਹੀ ਲੈ ਕੇ ਆਇਆ ਤੁਸੀਂ ਬੈਠੇ ਸੀ ਤੁਸੀਂ ਖੈਰ ਨਾ ਬੈਠੇ ਸੀ ਉੱਥੇ ਮੈਂ ਉਹ ਐਕਚੁਅਲੀ ਕਾਰਖੋਰੇ ਦਾ ਕੰਮ ਕਰਵਾਉਣਾ ਸੀ ਉਹ ਅੱਛਾ ਅੱਛਾ ਜੀ ਉਹ ਟੁੱਟਾ ਸੀ ਤੇ ਮੈਂ ਇੱਕ ਦੋ ਮਜ਼ਦੂਰ ਲੈਣ ਗਿਆ ਸੁਣਿਆ ਇੱਕ ਦੋ ਬੰਦੇ ਤੁਹਾਨੂੰ ਹੀ ਲੈ ਚੱਲੇ ਸੀ ਬਸ ਦੇ ਵਿੱਚ ਖੜੇ ਉਹ ਵੀ ਰੈਂਜੀ ਹੁੰਦਾ ਵਾ ਵੀ ਉਹਨਾਂ ਨੂੰ ਲੱਗਿਆ ਵੀ ਪਤਾ ਨਹੀਂ ਇਹ ਵੀ ਫਿਰ ਜਦੋਂ ਉਹਨਾਂ ਨੇ ਗੌਰ ਕੀਤੇ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਤੁਸੀਂ ਹਾਂ ਜੀ ਡਾਕਟਰ ਸਾਗਰ ਸਾਹਿਬ ਮੈਂ ਕਹਿੰਦਾ ਜੀ ਉਹ ਵਿੱਚ ਜੋ ਰਸ਼ ਦੇ ਵਿੱਚ ਜੋ ਖੜੇ ਸੀ ਚ ਨਹੀਂ ਪਤਾ ਲੱਗਦਾ ਡਾਕਟਰ ਕਿਹੜਾ ਤੇ ਮਜ਼ਦੂਰ ਹੈ ਬੰਦੇ ਤੇ ਇੱਕੋ ਜਿਹੇ ਹੀ ਆ ਨਾ ਸਾਰੇ ਮੈਂ ਕਹਿੰਦਾ ਸ਼ਕਲਾਂ ਤੇ ਇੱਕੋ ਜੀਆਂ ਹੀ ਆ ਨਾ ਉਹ ਤੇ ਫਿਰ ਸਾਡੀ ਜਿਹੜਾ ਡਿਗਰੀ ਆ ਤੇ ਉਸ ਤੋਂ ਬਾਅਦ ਫਿਰ ਥੋੜਾ ਇਹ ਫਰਕ ਪੈਂਦਾ ਵਾ ਤੁਸੀਂ ਦੇਖੋ ਵੀ 2 250 ਮਜ਼ਦੂਰ ਮੇਰੀ ਜਿਹੜਾ ਐਗਜ਼ਾਮਪਲ ਲਲ ਗੌਰ ਕਰਨਾ ਐਗਜ਼ਾਮਪਲ ਅਲਮ ਕਰ ਰਹੇ ਹਾਂ ਜੀ 2 250 ਬੰਦਾ ਜਿਹੜਾ ਵੇ ਉਹ ਉੱਥੇ ਬੈਠਾ ਹੁੰਦਾ ਬ ਆਪਸ ਵਿੱਚ ਬੈਠੇ ਆ ਹਾਂਜੀ ਸ਼ੁਗਰ ਮੇਲਾ ਕਰ ਰਹੇ ਉਹ ਸੀਗਰਟ ਉਹ ਪੀ ਰਿਹਾ ਉਹਦੀ ਉਹ ਸੀਗਰਟ ਪੀ ਰਿਹਾ ਵਾ ਉਹਦੀ ਉਹ ਉਹ ਕਹਿ ਰਿਹਾ ਵੀ ਯਾਰ ਮੈਂ ਆਂਡਾ ਲੈ ਕੇ ਆਇਆ ਵਾ ਉਹ ਕਹਿੰਦਾ ਮੈਂ ਆਲੂ ਮਟਰਾਂ ਦਾ ਸਾਲਣ ਲੈ ਕੇ ਆਪਸ ਵਿੱਚ ਚੇਂਜ ਕਰ ਰਿਖ ਚੇਂਜ ਕਰ ਰਹੇ ਸਾਲਣ ਚੇਂਜ ਕਰ ਰਹੇ ਤੇ ਪਗੜੀਆਂ ਇੱਕ ਦੂਸਰੇ ਦੀਆਂ ਦੇਖ ਲਓ ਤਿੰਨ ਸੱਤ ਘੰਟੇ ਇੱਕ ਮਜ਼ਦੂਰ ਜੜਾ ਵਾ ਉਹ ਪਗੜੀ ਸਿਰ ਤੇ ਬੰਨ ਲੇ ਜਰਾਸੀਮ ਗਏ ਪਗੜੀ ਚ ਗਏ ਗਏ ਜੀ ਲੇਕਿਨ ਉਹ ਆਪਸ ਵਿੱਚ ਚੇਂਜ ਕਰ ਰਹੇ ਵਰਗੇ ਇੱਕੋ ਸਾਫੇ ਨਾਲ ਸਾਰੇ ਮੂੰਹ ਪੂੰਝੀ ਜਾਂਦੇ ਆ ਪੂੰਜੀ ਜਾਂਦੇ ਆ ਉਹ ਮਰਾਦ ਉਹਨਾਂ ਨੂੰ ਇੰਨਾ ਕੁਛ ਕਰਨ ਦੇ ਬਾਵਜੂਦ ਮਜ਼ਦੂਰ ਦੇਖੋ ਤੁਸੀਂ ਹਾਂਜੀ ਇਟਸ ਵੈਰੀ ਡਿਫਿਕਲ ਸਿਚੁਏਸ਼ਨ ਇੱਕ ਮਜ਼ਦੂਰ ਜੜਾ ਵਾ ਥੱਲਿਓਂ ਇੱਟ ਚੁੱਕ ਕੇ ਤੀਸਰੀ ਮੰਜ਼ਲ ਤੇ ਸੁੱੜਦਾ ਐ ਕਰਕੇ ਸੁੱੜਦਾ ਇੱਕ ਹੱਥ ਨਾਲ ਹਾਂਜੀ ਵਾ ਵਾ ਤੇ ਉਹ ਕਿੰਨਾ ਟਫ ਕੰਮ ਕਰ ਰਿਹਾ ਬੜਾ ਜੀ ਬੜਾ ਮੈਂ ਕਹਿੰਦਾ ਜੀ ਕਰੋਨਾ ਉਹਨਾਂ ਦੇ ਲੱਗੇ ਹੀ ਨਹੀਂ ਆ ਜਾਣਾ ਜਿਹਦੇ ਹੱਥ 'ਚ ਇੱਟ ਆ ਉਹਦੇ ਕਰੋਨਾ ਨੇ ਉਧਰ ਕੀ ਲੈਣਾ ਆਉਣਾ ਜੀ ਰੱਤ ਚਿੱਟ ਫੜੀ ਆ ਕਰੋਨੇ ਕਰੋਨੇ ਨੇ ਮਰਨਾ ਉਧਰ ਆ ਕੇ ਨਹੀਂ ਜੀ ਨਹੀਂ ਉਹ ਮੀਨ ਫਿਰ ਮਤਲਬ ਜਦੋਂ ਇੰਜ ਸੁੱਟਦਾ ਵਾ ਰਸਤੇ ਜਿੰਨਾ ਕਰੋਨਾ ਹੁੰਦਾ ਠਾ 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 ਮਰਦਾ ਜਾਂਦਾ ਰਸਤੇ ਵੀ ਕ੍ਰੈਸ਼ ਹੁੰਦਾ ਜਾਂਦਾ ਕ੍ਰੈਸ਼ ਹੁੰਦਾ ਜਾਂਦਾ ਤੇ ਦੂਸਰਾ ਮੈਂ ਤੇ ਹੈਰਾਨ ਆ ਇੰਨਾ ਮਜ਼ਦੂਰਾਂ ਤੇ ਵੀ ਦੇਖੋ ਇੰਨਾ এনवायरमेंट ਇੰਨਾ ਦੀ ਖਰਾਬ ਹੁੰਦੀ ਆ ਹਾਂ ਜੀ ਲੇਕਿਨ ਉਹ ਆਪਣੀ ਕੇਅਰ ਕਰਦੇ ਫਿਰ ਉਹਨਾਂ ਨੂੰ ਦੁਪਹਿਰ ਨੂੰ ਛੁੱਟੀ ਹੁੰਦੀ ਜਦੋਂ ਉਦੋਂ ਵੀ ਸਾਰੇ ਰਲ ਕੇ ਉੱਥੇ ਮਿਸਤਰੀ ਵੀ ਸਾਰੇ ਉਥੇ ਖਾਣਾ ਖਾਂਦੇ ਬੈਠੇ ਦੇਖੋ ਜੀ ਘਰ ਦਾ ਮਾਲਕ ਜਿਹੜਾ ਵਾ ਹੁਣ ਉਹ ਕੱਲੇ ਕੱਲੇ ਨੂੰ ਤੇ ਪੈਸੇ ਦੇਣੋਂ ਰਿਹਾ। ਹਾਂ ਜੀ। ਇੱਕ ਬੰਦਾ ਕਹਿ ਰਿਹਾ ਮੈਂ ਨਿਹਾਰੀ ਖਾਣੀ ਆ। ਬਿਲਕੁਲ। ਦੂਸਰਾ ਕਵੇ ਵੀ ਮੈਂ ਇਹ ਹਰੀਸਾ ਖਾਣਾ। ਹੁਣ ਉਹ ਕੱਲੇ ਕੱਲੇ ਨੂੰ ਕਿੱਥੋਂ ਦਵੇ? ਉਹ ਸਾਰਿਆਂ ਨੂੰ ਬਿਠਾ ਕੇ ਖਵਾ ਰਿਹਾ। ਖਵਾ ਰਿਹਾ। ਦੇਖੋ ਖਾ ਰਹੇ ਹੋ। ਖਾ ਰਹੇ। ਉਹਨਾਂ ਨੂੰ ਕਰੋਨਾ ਨਹੀਂ ਹੋ ਰਿਹਾ। ਹਾਂ ਇਹ ਬੜੀ ਗੱਲ ਹੈ ਕਿਉਂਕਿ ਉਹਨਾਂ ਚ ਮਜ਼ਦੂਰ ਦੇ ਵਿੱਚ ਕੂ ਤੇ ਮਦਾਫਤ ਜਿਹੜੀ ਆ ਉਹ ਜ਼ਿਆਦਾ ਜ਼ਿਆਦਾ। ਕਰੋਨਾ ਉਹਨਾਂ ਨੂੰ ਕੀ ਕਹਿਣਾ ਨਾਲੇ ਸਾਡੇ ਪਾਕਿਸਤਾਨ ਦੇ ਵਿੱਚ ਲਾਲਾ ਦਾ ਬੜਾ ਕਰਮ ਆ। ਕਿ ਸਾਡੇ ਜਿਹੜੇ ਜੰਮਦੇ ਹੀ ਬੱਚੇ ਮਿੱਟੀ ਖਾਣ ਲੱਗ ਪਏਦੇ ਇਹ ਬੜੀ ਇਹ ਬੜੀ ਇੱਕ ਕਰਮ ਦੀ ਗੱਲ ਸੀ ਤੁਸੀਂ ਵੀ ਬੜੀ ਖਾਧੀ ਹੈ ਬੱਚੋਂ ਦਾ ਮੈਂ ਕੀ ਕਹਿ ਸਕਦਾ ਵਾ ਮੇਰਾ ਮਰਾ ਸਾਡੀ ਘਰ ਦੀ এনवायरमेंट ਇੰਨੀ ਅੱਛੀ ਸੀ ਪਾਪਾ ਮੇਰੇ ਬਾਹਰ ਗਏ ਸੀ ਹਾਂਜੀ 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 ਫਿਰ ਪਹਿਲੇ ਦੌਰ ਦੇ ਵਿੱਚ ਔਰਤਾਂ ਜਿਹੜੀਆਂ ਜਾਂ ਮਤਲਬ ਬੱਚਾ ਬੱਚਾ ਹੋਣ ਵਾਲਾ ਹੋਵੇ ਉਹ ਗਾਚਣੀ ਵੀ ਖਾਣ ਲੱਗ ਪੈਂਦੀਆਂ ਭੁੰਨ ਕੇ ਭੁੰਨ ਕੇ ਖਾਂਦੀਆਂ ਬਸ ਮੇਰੇ ਵੀ ਕਿ ਲਮ ਜੀ ਹੈ ਵਾਸਤਰਾ ਦੀ ਨੌਲੇਜ ਦੀ ਤੇ ਇਹ ਆਰਗੈਨਿਕ اچھا ਉਹ ਤਾਂ ਬੱਚੇ ਬੜੇ ਸਖਤ ਪੈਦਾ ਹੁੰਦੇ ਸੀ ਉਹ ਗਾਚਨੀ ਮਿੱਟੀ ਪਤਲੇ ਕੀ ਕੀ ਖਾ ਜਾਂਦੀਆਂ ਸੀ ਹਾਂਜੀ ਉਹ ਬੱਚੇ ਦਾ ਦੇਖ ਲਓ ਉਹ ਮੁਰਾਦ ਇਹਦੀ ਇਹਨਾਂ ਚੀਜ਼ਾਂ ਦੇ ਨਾਲ ਹੀ ਫਾਊਂਡੇਸ਼ਨ ਬਣ ਜਾਂਦਾ ਸੀ ਉਹ ਸੁਣੇ ਚੀਕਰੀ ਮਿੱਟੀ ਖਾਣ ਨਾਲ ਬੱਚੇ ਖੂਬਸੂਰਤ ਪੈਦਾ ਹੁੰਦੇ ਆ ਮਲਤਾਨੀ ਮਿੱਟੀ ਖਾਓ ਗੋਰੇ ਬੱਚੇ ਪੈਦਾ ਹੁੰਦੇ ਆ ਅਗਰ ਫੈਸਲਾਬਾਦ ਦੀ ਮਿੱਟੀ ਖਾਓ ਤੇ ਫਿਰ ਉਹ ਜੁਗਤਾਂ ਵਾਲੇ ਬੱਚੇ ਪੈਦਾ ਹੁੰਦੇ ਆ ਬਸ ਜੀ ਇਹ ਮਿੱਟੀ ਮਿੱਟੀ ਦਾ ਵੀ ਕੋਈ ਹਿਸਾਬ ਜਿਵੇਂ ਗੁਜਰਾں ਵਾਲੇ ਜਿਵੇਂ ਔਰਤਾਂ ਮਿੱਟੀ ਖਾਂਦੀਆਂ ਤੇ ਫਿਰ ਪਹਿਲਵਾਨ ਪੈਦਾ ਹੁੰਦੇ ਆ ਮਿੱਟੀ ਮਿੱਟੀ ਦਾ ਫਰਕ ਆ ਜਿਸ ਤਰ੍ਹਾਂ ਕਾੜੇ ਦੀਆਂ ਔਰਤਾਂ ਮਿੱਟੀ ਖਾਂਦੀਆਂ ਤੇ ਗਡੋਏ ਪੈਦਾ ਹੁੰਦੇ ਆ ਇਹ ਬਿਟੀ ਆ ਪੁੱਜੀ ਆ ਬਿਟੀ ਸਾਡੇ ਦੇਸ਼ ਦੀ ਮਿੱਟੀ ਹੈ ਜੀ ਧਰਤੀ ਦੀ ਮਿੱਟੀ ਆ ਦੇਖੋ ਤੁਸੀਂ ਮੈਂ ਦਾਸ ਸਾਹਿਬ ਐਸੇ ਤੁਸੀਂ ਵੀ ਬੜੀ ਢੀਠ ਮਿੱਟੀ ਹੋ ਦੇਖੋ ਬਿਲਾ ਭਾਈ ਮੈਂ ਗੱਲ ਜਿਹੜਾ ਮੈਸੇਜ ਕਨਵੇ ਕਰਨਾ ਚਾਹ ਰਿਹਾ ਜੀ 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 ਇਸ ਮਕਸਦ ਵਾਸਤੇ ਜਿਸ ਏਮ ਵਾਸਤੇ ਤੁਸੀਂ ਮੈਨੂੰ ਹਾਇਰ ਕੀਤਾ ਹਾਂ ਇਹ ਤੁਹਾਡਾ ਨੋ ਡਾਊਟ ਤੁਹਾਡਾ ਵੀ ਟਾਈਮ ਜਿਹੜਾ ਵੇ ਉਹ ਬੜਾ ਕੀਮਤੀ ਆ ਮੈਂ ਆਪ ਕਲੀਨਿੰਗ ਛੱਡ ਕੇ ਆਇਆ ਹਾਂ ਕੋਈ ਗੱਲ ਨਹੀਂ ਕਲੀਨਿੰਗ ਕਰਦੇ ਉੱਥੇ ਤੁਰ ਪੈਂਦਾ ਜਾਂ ਕਿਸੇ ਨੇ ਲੈ ਜਾਣਾ ਕਲੀਨਿੰਗ ਉੱਥੇ ਹੀ ਆ ਤੁਹਾਡੇ ਤੋਂ ਬਾਅਦ ਕਲੀਨਿੰਗ ਖੰਗਣ ਲੱਗ ਪੈਂਦਾ ਅਸੀਂ ਇਹ ਕਰ ਰਹੇ ਸੀ ਕਰੋਨਾ ਦੇ ਬਾਰੇ ਕਰੋਨਾ ਇਹ ਐਸੀ ਵਾਹੀਆਤ ਬਿਮਾਰੀ ਆ ਬੀ ਐਨ ਨੇ ਉਹ ਲੋਕਾਂ ਨੂੰ ਹੀ ਕਲੈਕਟ ਕੀਤਾ ਸਿਲੈਕਟ ਕੀਤਾ ਵਾ ਜਿਨ੍ਹਾਂ ਨੇ ਉਹਦੀ ਕੇਅਰ ਕੀਤੀ ਕੇਅਰ ਕੀਤੀ ਜਿਨ੍ਹਾਂ ਨੇ ਜ਼ਿਆਦਾ ਕੇਅਰ ਕੀਤੀ ਆ ਉਹਨਾਂ ਨੂੰ ਉਹਨੂੰ ਹੀ ਫੜਿਆ ਇਹਨੇ ਮਜ਼ਦੂਰਾਂ ਨੂੰ ਕੁਛ ਨਹੀਂ ਕਿਹਾ ਕੰਡੈਕਟਰਾਂ ਨੂੰ ਕੁਛ ਨਹੀਂ ਕਿਹਾ ਉਹ ਦੇਖੋ ਬੱਸ ਦੇ ਵਿੱਚ ਸਾਈਵਾਲ ਵਾਲਾ ਮਲਤਾਨ ਵਾਲਾ ਪਿੰਡੀ ਵਾਲਾ ਲਾਰੀ ੱਡੇ ਤੁਸੀਂ ਚਲੇ ਜਾਓ ਕਿੰਨਾ ਰਸ਼ ਹੁੰਦਾ ਕੀ ਕੇਅਰ ਉੱਥੇ ਆ ਦੇਖ ਲਓ ਗਵਰਨਮੈਂਟ ਨੇ ਕਿਹਾ ਸੀ ਕਿ ਇੱਕ ਸੀਟ ਦੇ ਫਰਕ ਨਾਲ ਸਵਾਰੀਆਂ ਬਿਠਾਓ ਹਾਂਜੀ ਕੁਛ ਵੀ ਨਹੀਂ ਹੋ ਰਿਹਾ ਕਿਤੇ ਦੋ ਦੋ ਬੈਂਡ ਐ ਨਾਲ ਝੋਲੀ ਦੇ ਬੱਚਾ ਵੀ ਬਹੋਂਦੇ ਦੱਸੋ ਕੀ ਕਰ ਲਈਏ ਸੀ ਉਹ ਕਹਿੰਦੇ ਜਿਹੜਾ ਬਸ ਦਾ ਹਾਰਨ ਹੁੰਦਾ ਹੈ ਇਹ ਬੜਾ ਅਫੈਕਟ ਕਰਦਾ ਕਰੋਨਾ ਨੂੰ ਉਹ ਦੌੜ ਜਾਂਦਾ ਕਰੋਨਾ ਫਿਰ ਜੇ ਤੂੰ ਪਾ ਕਰਕੇ ਨਿਆਜ਼ੀ ਟਾਈਮ ਜਿਹੜੇ ਐਕਸਪ੍ਰੈਸ ਜਾਂ ਚੀਮਾ ਬਰਾਦਰਾਂ ਨਿਕਲਦਾ ਹੈ ਹਾਂਜੀ ਹਾਂਜੀ ਉਹ ਮੈਡੀਕਲੀ ਜਿਹੜਾ ਸਾਡੀ ਚੀਜ਼ ਦੱਸਦੀ ਹੈ ਨਾ ਜਿਹੜੀ ਵੈਗਨਾਰ ਆ ਨਾ ਇਹਦੇ ਨਾਲ ਕੋਈ ਨਹੀਂ ਐਡਾ ਕੋਈ ਅਸਰ ਪੈਂਦਾ ਛੋਟੀ ਵੈਗਨਾਰ ਗੱਡੀ ਹਾਂਜੀ ਵੈਗਨਾਰ ਜਿਹੜੀ ਛੋਟੀ ਗੱਡੀ ਹੈ ਨਾ ਉਹਦੇ ਨਾਲ ਨਹੀਂ ਕਰੋਨਾ ਨੂੰ ਕੋਈ ਜਿਹੜੀ ਵੱਡੀਆਂ ਰਾਜਾ ਵਾ ਨਾ ਚੱਲਦੀ ਅਸਿਆਲ ਕੋਟਾਲ ਜੀ 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 ਉਹਨਾਂ ਦੇ ਹਰਨ ਦੇ ਨਾਲ ਬਹੁਤ ਇਹਦਾ ਉਹ ਉਹਦੇ ਨਾਲ ਮਰਦਾ ਹੈ ਉਹਦੇ ਨਾਲ ਮਰਦਾ ਹੈ ਕਰੋਨਾ ਮਰਦਾ ਹੈ ਉਹਨਾਂ ਨੇ ਕੋਈ ਅੱਛੀ ਗੱਲ ਕੀਤੀ ਆ ਤੇ ਸਹੀ ਬਿਲਕੁਲ ਹੈ ਤੁਹਾਡਾ ਤਜਵੀਜ਼ ਅਗਰ ਸਵਾਰੀਆਂ ਜਿਹੜੀਆਂ ਛੱਤੇ ਬੈਠੀਆਂ ਹਵਾਦਾਰ ਉਹਨਾਂ ਨੂੰ ਤੇ ਕੁਝ ਨਹੀਂ ਕਹਿੰਦਾ ਕਿਉਂਕਿ ਉਹ ਤੇ ਉਹਦੇ ਉੱਤੇ ਆ ਨਾ ਛੱਤੇ ਦੇਖੋ ਜੀ ਉਹ ਤੇ ਬਾਈ 에ਅਰ ਜਾ ਰਹੇ ਆ ਨਾ ਉਹਨਾਂ ਨੂੰ ਤੇ ਕੋਈ ਮਸਲਾ ਨਹੀਂ ਉੱਤੇ ਤਾਜ਼ਾ ਹਵਾ ਆ ਰਹੀ ਆ ਤੇ ਸਿਗਰਟ ਸੁਗਲੋਂ ਪੀ ਕੇ ਉੱਥੇ ਪਿੱਛੇ ਨੂੰ ਸੁੱਟ ਰਹੇ ਹਾਂਜੀ ਹਾਂਜੀ ਤੇ ਰੋਟੀ ਉਹਨਾਂ ਨੇ ਨਾਲ ਬੰਨ ਕੇ ਲਈ ਗਈ ਉੱਤੇ ਰੋਟੀਆਂ ਖਾ ਰਹੇ ਮੌਜਾਂ ਲੱਗੀਆਂ ਉਹ ਤੇ ਸਮਝਦੇ ਨਹੀਂ ਅਸੀਂ ਬੱਸ 'ਚ ਬੈਠੇ ਹਾਂ ਬਲਕਿ ਸਰਗੋਧਿਆਂ ਮੈਂ ਦੇਖਿਆ ਇੱਕ ਵਾਰੀ ਸਵਾਰੀਆਂ ਬੱਸ 'ਤੇ ਬੈਠੀਆਂ ਨੇ ਤੇ ਕਿਸੇ ਨੇ ਕਿੰਨੋ ਰੱਖ ਦਿੱਤੇ ਉੱਤੇ ਦੋ ਚਾਰ ਪੱਲੇ ਉਹਨੇ ਨਾ ਬੰਨ ਕੇ ਵਿਚਾਰੇ ਨੇ ਉਹ ਜਦੋਂ ਲਾਹੌਰ ਪਹੁੰਚੇ ਆ ਤੇ ਉਹ ਸਿਰ ਪੱਲੇ ਖਾਲੀ ਸੀ ਜਿਹੜੇ ਛੱਤ 'ਤੇ ਬੈਠੇ ਸੀ ਉਹ ਫੇ ਕਿੰਨੋ ਇੰਜੋਏ ਕਰ ਗਏ ਸਾਰਾ ਮੈਂ ਕਹਿੰਨਾ ਜੀ ਮੈਨੂੰ ਮੈਨੂੰ ਹਾਸਾ ਆ ਰਿਹਾ ਇੱਕ ਗੱਲ ਤੇ ਬੜਾ ਅਦਿਲਚਸਰ ਵਾਕਿਆ ਸ਼ੁਕਰ ਤੇ ਉਹ ਬੱਸ ਉਹ ਮੈਂ ਵੀ ਸਫ਼ਰ ਕਰ ਰਿਹਾ ਸੱਡਨ ਮੈਨੂੰ ਗੱਡੀ ਘਾਰ ਆ ਲੇਕਿਨ ਮੈਨੂੰ ਜਾਣਾ ਪੈ ਗਿਆ ਅੱਛਾ ਉਹ ਇੱਕ ਬੰਦੇ ਸੀ ਉਹ ਕਹਿੰਦੇ ਪੀ ਅਸੀਂ ਖੋਤਾ ਵੀ ਲੱਦਣਾ ਉਹਨਾਂ ਨੇ ਕੰਡੈਕਟਰ ਨੇ ਕਿਹਾ ਵੀ ਕੋਈ ਮਸਲਾ ਨਹੀਂ ਦੋਵੇਂ ਪੈਰ ਬੰਨੇ ਖੋਤਾ ਉੱਤੇ ਸੋੜਦਾ ਹੂੰ ਹੂੰ ਉਹ ਜਦੋਂ ਕਟਾਂ-ਕੁਟਾਂ ਉਹਨੇ ਮਾਰੀਆਂ ਇੰਜ ਕਰਕੇ ਖੋਤਾ ਕਿਤੇ ਰਾਜ ਡਿਗ ਪਿਆ ਓਏ ਹੋਏ ਹੋਏ ਉਹ ਜਦੋਂ ਮਾਲਕ ਆਣ ਪੀ ਜਿੱਥੇ ਪਹੁੰਚ ਹੋਈ ਉਹਨਾਂ ਨੇ ਕਿਹਾ ਖੋਤਾ ਸਾਡਾ ਦਵੋ ਉਹ ਤੇ ਹੈ ਕੋਈ ਨਾ ਉੱਤੇ ਉਹਨਾਂ ਨੇ ਫਿਰ ਇੱਕ ਹੋਰ ਖੋਤਾ ਕਿਸਦਾ ਚੋਰੀ ਕਰਕੇ ਉਦਾਂ ਹੀ ਉਹਦੀਆਂ ਨੱਤਾਂ ਬੰਨ ਕੇ ਤੇ ਉੱਤੇ ਸੋੜਦਾ ਵਾਹ ਵਾਹ ਲੇਕਿਨ ਇਹ ਆਪ ਵੀ ਇਹ ਮਤਲਬ ਖੋਤੇ ਦੀ ਜਗ੍ਹਾ ਤੇ ਖੋਤਾ ਦਿੱਤਾ ਹੈ ਖੋਤਾ ਦਿੱਤਾ ਤੇ ਫੇਰ ਪਿਛਲਾ ਖੋਤਾ ਖੂਚ ਡਿੱਗ ਪਿਆ ਤੇ ਖੋਤਾ ਗਿਆ ਜਿੱਥੇ ਵੀ ਡਿੱਗ ਪਿਆ ਉਹਦੇ ਪਿਛਲੇ ਦੀਆਂ ਮੋਜਾਂ ਲੱਗ ਗਈਆਂ ਜਿੰਨੇ ਉਹਦੀ ਰੱਸੀ ਖੋਲਣੀ ਆ ਆ ਸਿਆਣੇ ਦੀ ਮਿਸਾਲ ਨਹੀਂ ਤੂੰ ਤੇ ਖੋਤਾ ਹੀ ਖੂਚ ਪਾਤਾ ਇਹ ਕੀ ਗੱਲ ਹੈ ਬਸ ਜੀ ਇਹ ਐਵੇਂ ਐਗਜ਼ੈਂਪਲ ਬਣੀਆਂ ਵਾ ਪੁਰਾਣਿਆਂ ਲੋਕਾਂ ਦੀ ਬੇਈਮਾਨੀ ਹਮ ਹਮ ਅੱਜ ਤੁਸੀਂ ਸੁਣਿਆ ਹੋਣਾ ਵਾ ਜਿਸ ਤਰ੍ਹਾਂ ਲੋਗਾਂ ਮਿਸਾਲ ਦਿੰਦੇ ਆ ਇਹ ਲਓ ਜੀ ਜਿੰਨੇ ਖਾਧੀਆਂ ਗਾਜਰਾ ਢੇਡੋ ਨਾਲ ਦਾ ਪੀੜਾ ਉਧਰ ਗਏ ਮਲਾ ਨਹੀਂ 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 ਉਹ ਕਹਦਾ ਜਿੰਨੇ ਖਾਧੀਆਂ ਗਾਜਰਾ ਉਹਨੂੰ ਪਹਿਣ ਕੇ ਪੈਸੇ ਇਹ ਆ ਮਿਸਾਲ ਆਹੋ ਤੇ ਅਸੀਂ ਕਰੋਨਾ ਦੇ ਬਾਰੇ ਮੈਂ ਗੱਲ ਜਿਹੜੀ ਕਰ ਰਹੀ ਸੀ ਡਿਸਕਸ ਕਰ ਰਹੀ ਸੀ ਸੌਰੀ ਟੂ ਸੇ ਅ ਸਿਚੁਏਸ਼ਨ ਜਾਂ ਡਿਸਕਸ ਸਾਡੀ ਹੋਰ ਪਾਸੇ ਚਲੀ ਗਈ ਆ ਲੇਕਿਨ ਇਹ ਆ ਕਿ এনवायरमेंट ਤੇ ਅਸੀਂ ਗੁਫਤਗੂ ਕਰ ਰਹੇ ਹਾਂ ਬਿਲਕੁਲ ਬਿਲਕੁਲ ਇਹ ਇਹ ਵੀ ਹੈ ਕਿ ਸਾਡਾ ਫੋਕਸ ਜਿਹੜਾ ਨਾ ਫੋਕਸ ਮੈਂ ਸਹੀ ਕਹਾਂ ਨਾ ਫੋਕਸ ਹਾਂਜੀ ਬਿਲਕੁਲ ਸਾਡਾ ਫੋਕਸ ਕਰੋਨਾ ਤੇ ਆ ਕਰੋਨਾ ਤੇ ਆ ਕਿਉਂਕਿ ਕਰੋਨਾ ਬੜਾ ਲਾਂਹਤੀ ਹੈ ਬੜਾ ਬਗੈਰਤ ਹੈ ਕਰੋਨਾ ਇਨੇ ਬੜੀ ਦੁਨੀਆ ਮਾਰ ਦਿੱਤੀ ਏ ਜੀ 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 ਪੂਰਾ ਵਰਲਡ ਨੇ ਫੜ ਕੇ ਜਾਮ ਕਰ ਦਿੱਤਾ ਇਸ ਕਰੋਨਾ ਨੇ ਮੈਨੂੰ ਸਾਦਾ ਅਫਸੋਸ ਹੁੰਦਾ ਵਾਲ ਬੇਲਾ ਭਾਈ ਜੀ ਮੈਂ ਇਹ ਪਾਕਿਸਤਾਨ ਤੋਂ ਕਾਸ਼ ਮੈਂ ਇਟਲੀ ਹੁੰਦਾ ਤੇ ਸ਼ਾਇਦ ਤੁਸੀਂ ਨਾ ਹੁੰਦੇ ਇਹ ਪਾਕਿਸਤਾਨ 'ਚ ਤੁਸੀਂ ਬਚ ਗਏ ਹੋ ਅਗਰ ਇਟਲੀ ਹੁੰਦੇ ਤੇ ਤੁਸੀਂ ਨਾ ਹੁੰਦੇ ਮੈਂ ਹੋਰ ਹਵਾਲੇ ਨਾਲ ਗੱਲ ਕਰ ਰਿਹਾ ਕਿ ਮੈਂ ਉੱਥੇ ਹੁੰਦਾ ਮੈਂ ਉਹਨਾਂ ਦੇ ਨਾਲ ਉਹਨਾਂ ਦੀ ਟ੍ਰੀਟਮੈਂਟ ਕਰਦਾ ਦੂਸਰਾ ਮੇਰਾ ਇਹ ਮੈਨੂੰ ਬੜਾ ਸ਼ੌਕਿੰਗ ਸ਼ੌਕਿੰਗ ਮੇਰੇ ਵਾਸਤੇ ਗੱਲ ਸੀ ਪੀ ਉਹਨਾਂ ਨੇ ਉਹ ਸੁਣਿਆ ਵੀ ਇਟਲੀ ਦੇ ਲੋਕਾਂ ਨੇ ਇੰਜ ਕਰਕੇ ਯੂਰੋ ਸੁੱਟੇ ਤੇ ਮੈਂ ਕਿਹਾ ਵੀ ਮੈਂ ਉੱਥੇ ਕਿਉਂ ਨਹੀਂ ਸੀ ਮੈਂ ਦੇਖੋ ਬਿਲਕੁਲ ਬਿਲਕੁਲ ਮੈਂ ਉੱਥੋਂ ਚੁੱਕ ਕੇ ਕਿਸੇ ਗਰੀਬ ਦੀ ਮਦਦ ਕਰਦਾ ਤੁਸੀਂ ਯੂਰੋ ਯੂਰੀ ਚੁੱਕ ਲੈਣੇ ਸਨ ਜਿੰਨੇ ਵੀ ਯੂਰੋ ਤੁਹਾਡੇ ਹੱਥ ਹੋਣੇ ਸੀ ਤੁਸੀਂ ਯੂਰੋ ਫੜ ਲੈਣੇ ਹਾਂਜੀ ਮੈਂ ਇਹ ਲੇਕਿਨ ਉਹ ਬੜਾ ਕਰੋਨਾ ਦਾ ਉਹਨਾਂ ਨੂੰ ਸਾਈਡ ਇਫੈਕਟ ਹੋਇਆ ਤੇ ਅੱਛਾ ਮੈਂ ਇਹ ਦੇਖਿਆ ਜੀ ਆਪਣਾ ਡਾਕਟਰ ਸਾਹਿਬ ਇਹ ਜਿਹੜੇ ਲੋਕ ਸੜਕਾਂ ਦੇ ਉੱਤੇ ਬੈਠੇ ਨਸ਼ਾ ਕਰ ਰਹੇ ਨੇ ਕੋਈ ਚਰਸ ਪੀ ਰਿਹਾ ਕੋ ਟੀਕੇ ਲਾ ਰਿਹਾ ਆਪਣੇ ਆਪ ਨੂੰ ਕੋਈ ਹੀਰਵਨ ਪੀ ਰਿਹਾ ਹੈ ਕੋਈ ਆਈਸ ਪੀ ਰਿਹਾ ਹੈ ਜੀ ਜੀ ਇਹਨਾਂ ਲੋਗਾਂ ਨੂੰ ਕਰੋਨਾ ਨੇ ਕਿਹਾ ਹੀ ਕੁਛ ਨਹੀਂ ਕੈਸੀ ਗੱਲ ਹੈ ਮੈਂ ਕਿਹਾ ਵੀ ਇਹ ਤੁਹਾਡੀ ਮੈਂ ਗੱਲ ਦੇ ਨਾਲ ਬਿਲਕੁਲ ਐਗਰੀ ਕਰਾਂਗਾ ਵੀ ਦੇਖ ਲਵੋ ਭਿ ਜਿਹੜੀ ਚੀਜ਼ ਜ਼ਿੰਦਗੀ ਵਾਸਤੇ ਸਾਈਡ ਇਫੈਕਟ ਹੈ ਹਾਏ ਹਾਏ ਦੇਖੋ ਜੀ ਚਾਹ ਤੁਸੀਂ ਪੀ ਲਓ ਪੀ ਲਓ ਗਲਤ ਗੱਲ ਗਲਤ ਤੇ ਆ ਆਈਸ ਪੀਂਦੇ ਆ ਆਈਸ ਜਿਹੜੀ ਆ ਇਤਨੀ ਖਤਰਨਾਕ ਨਾਜ਼ਰੀਨ ਚੀਜ਼ ਆ ਵੀ ਤੁਸੀਂ ਗਰਮੀਆਂ 'ਚ ਪੀ ਲਓ ਚਲੋ ਗਰਮੀ ਹੁੰਦੀ ਹੈ ਆ ਇਸ ਠੰਡੀ ਹੁੰਦੀ ਹੈ ਠੰਡੀ ਹੁੰਦੀ ਹੈ ਤੇ ਸਰਦੀਆਂ ਚ ਤੇ ਨਾ ਨਾ ਪੀਵੋ ਉਹ ਆਈਸ طرف ਦੀ ਗੱਲ ਨਹੀਂ ਮੈਂ ਕਰ ਰਿਹਾ ਜੀ ਜੀ ਆਈਸ ਇੱਕ ਨਸ਼ਾ ਹੈ ਅੱਛਾ ਅੱਛਾ ਨਸ਼ੇ ਦੇ ਉਹ ਜਿਹੜੀ ਉਹ ਸੁੰਘਦੇ ਜਿਹੜੇ ਸੌਰੀ ਟੂ ਸੇ ਮੈਂ ਅੱਛਾ ਅੱਛਾ ਉਹ ਤੇ ਵਾਕਈ ਸਹੀ ਗੱਲ ਆ ਅੱਛਾ ਡਾਕਟਰ ਸਾਹਿਬ ਇਸ ਬਿਮਾਰੀ ਦੇ ਸਿੰਪਟਮ ਕੀ ਨੇ ਇਹ ਕੀ ਕਿਹਾ ਤੁਸੀਂ ਮੈਂ ਕਹਿ ਰਿਹਾ ਜੀ ਇਹਦੀ علامات ਕੀ ਨੇ علامات ਲਓ ਇਹ ਤੇ ਸਾਡਾ ਸ਼ੋਭਾ ਵਾ ਜਨਾ ਕੇ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਮੈਨੂੰ ਕਰੋਨਾ ਹੈ ਕੀ علامات ਨੇ ਕਰੋਨਾ ਦੀਆਂ علامات ਬੜੀਆਂ ਸਿੰਪਲ ਨੇ ਮਸਲਨ ਤੁਹਾਨੂੰ ਕੋਈ ਰਿਸ਼ਤੇਦਾਰੀ ਚ ਕੋਈ ਮੂੰਹ ਨਹੀਂ ਲਾਉਂਦਾ ਜੀ ਅੱਛਾ ਤੇ ਸਮਝੋ ਵੀ ਤੁਹਾਨੂੰ ਕਰੋਨਾ ਕਰੋਨਾ ਤੇ ਦਹੀਂ ਭੱਲੇ ਲੈਣ ਦੇ ਤੁਹਾਨੂੰ ਮਿੱਠੀ ਚੱਡਣੀ ਨਾ ਦਵੇ ਸਮਝੋ ਕਰੋਨਾ ਸਮਝੋ ਕਰੋਨਾ ਵਾ ਵਾ ਤੁਸੀਂ ਬਾਸਤੇ ਚੜਿਓ ਤੁਹਾਡਾ ਕਿਸੇ ਨੇ ਪੈਰ ਮਿੱਤ ਸਮਝੋ ਕਰੋਨਾ ਸਮਝੋ ਕਰੋਨਾ ਕਰਿਆਨੇ ਵਾਲਾ ਤੁਹਾਨੂੰ ਹਦਾਰਨਾ ਦਵੇ ਮੱਲੇ ਚ ਤੇ ਸਮਝੋ ਤੁਹਾਨੂੰ ਕਰੋਨਾ ਤੁਸੀਂ ਦਹੀਂ ਲੈਣ ਜਾਂਦੇ ਹੋ ਮਲਾਈ ਨਹੀਂ ਪਾਉਣਦੇ ਆਗਲਾ ਓਹ ਹੋ ਹੋ ਸਮਝੋ ਤੁਹਾਨੂੰ ਕਰੋਨਾ ਬਹੁਤ ਮਾੜੀਆਂ ਆਈਆਂ ਸਮਝੋ नान ਲੈਣ ਗਏ ਤੁਸੀਂ ਹਾਂਜੀ ਹਾਂਜੀ ਤੁਹਾਨੂੰ ਤੇਲ ਹੀ ਨਹੀਂ ਲਾ ਕੇ ਦੇ ਰਿਆ ਓਏ ਹਾਏ ਹਾਏ ਬਾਕੀ ਸਾਰਿਆਂ ਨੂੰ ਲਾ ਰਿਆ ਸਾਰਿਆਂ ਨੂੰ ਲਾ ਕੇ ਦੇ ਰਿਆ ਤੁਹਾਨੂੰ ਨਹੀਂ ਲਾ ਦਿੱਤਾ ਜਿਹਨੂੰ ਨਹੀਂ ਲਾ ਰਿਆ ਸਮਝੋ ਇਹਨੂੰ ਕਰੋਨਾ ਹਾਂਜੀ ਵਾ ਵਾ ਆਈਸਕ੍ਰੀਮ ਬੰਦਾ ਕੋ ਖਾ ਰਿਆ ਤੇ ਤੁਹਾਨੂੰ ਵੇਖ ਕੇ ਉਹ ਛੀਤੀ ਨਾ ਖਾ ਗਿਆ ਵਾ 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 ਉਏ ਕਰੋਨਾ ਤੁਹਾਨੂੰ ਕਰੋਨਾ ਇਹ ਲਾਮਤਾਂ ਨੇ ਕਰੋਨਾ ਇਹ ਲਾਮਾਤ ਐ ਦੀ ਸਿੰਪਟਮ ਮੈਂ ਸਮਝ ਗਿਆ ਜਦ ਕਿਸੇ ਦੇ ਘਰ ਪਰੌਣੇ ਗਏ ਉਹ ਤੁਹਾਨੂੰ ਚਾਹ ਪਾਣੀ ਨਹੀਂ ਪੁੱਛ ਰਹਾ ਹਾਂਜੀ ਤੇ ਸਮਝੋ ਤੁਹਾਨੂੰ ਕਰੋਨਾ ਹੈ ਕਰੋਨਾ ਤੇ ਮਤਲਬ ਤੁਸੀਂ ਕਿਸੇ ਦੀ ਬੈਲ ਦਿੱਤੀ ਅੰਦਰੋਂ ਬੂਆ ਨਹੀਂ ਖੋਲ ਰਹਾ ਉਹ ਅੰਦਰੋਂ ਹੀ ਕਹਿ ਰਿਹਾ ਜੀ ਮੇਰਾ ਅੱਬਾ ਘਰ ਹੈ ਨਹੀਂ ਸਮਝੋ ਤੁਹਾਨੂੰ ਕਰੋਨਾ ਕਰੋਨਾ ਜੀ ਇਹ ਸਿੰਪਟਮ ਨੇ ਇਹ ਲਾਮਾਤ ਨੇ ਇਸ ਬਿਮਾਰੀ ਦੀਆਂ ਤੇ ਬੜੀ ਮਤਲਬ ਤੁਸੀਂ 7 ਨੰਬਰ ਜੁੱਤੀ ਲੈਣ ਗਏ ਤੁਹਾਨੂੰ 6 ਨੰਬਰ ਦਿੱਤੀ ਉਹਨੇ ਹਾਂਜੀ ਉਹ ਟਾਇਟ ਆ ਤੁਹਾਨੂੰ ਬਹੁਤ ਜ਼ਿਆਦਾ ਉਹ ਵਾਪਸ ਨਹੀਂ ਕਰ ਰਿਹਾ ਇਹ ਕਰੋਨੇ ਦੀ علامات ਕਰੋਨੇ ਦੀਆਂ علاماتਾਂ ਨੇ ਵਾ 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 ਤੇ ਇਹਦੇ ਬਾਰੇ ਚੀਜ਼ਾਂ ਜਿਹੜੀਆਂ ਵਾਂ ਇਹ ਇਹਦੇ ਲਈ احتیاطਾਂ ਕੀ ਨੇ ਫਿਰ ਇਹ ਇਹ علامات ਆ ਖਤਮ ਕਰਨ ਵਾਸਤੇ ਦੇਖੋ ਜੀ ਮੈਂ ਬੜੇ ਅਫਸੋਸ ਨਾਲ ਕਹਿਣਾ ਚਾ ਰਿਹਾ ਵਾਂ ਕੀ ਹੋਇਆ ਫੌਤਗੀ ਹੋ ਗਈ ਅਫਸੋਸ ਨਾਲ ਮੈਂ ਕਹਿ ਰਿਹਾ ਸੀ ਕਿ ਅਸੀਂ ਅਲਬੇਲਾ ਸਾਹਿਬ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਰਗੈਨਿਕ ਚੀਜ਼ਾਂ ਨੂੰ ਅਸੀਂ ਦੂਰ ਕਰਤਾ ਵਾ ਆਪਣੇ ਆਪ ਤੋਂ ਕਿਹੜੀਆਂ ਚੀਜ਼ਾਂ ਨੂੰ ਆਰਗੈਨਿਕ ਚੀਜ਼ਾਂ ਨੂੰ ਇਹ ਤੁਹਾਨੂੰ ਕਿੰਨੇ ਯਾਦ ਕਰਾਈਆਂ ਯਾਨੀ ਕਿ ਇਹ ਜੜੀ ਬੂਟੀਆਂ ਦੇਸੀ ਦਵਾਈਆਂ ਜਿਹੜੀਆਂ ਹਕੀਮਾਂ ਆ ਲੀਆਂ ਐਗਜ਼ੈਕਟ ਤੇ ਉਹ ਚੀਜ਼ਾਂ ਤੋਂ ਅਸੀਂ ਦੂਰ ਹੋ ਗਏ ਆ ਦੂਰ ਹੋ ਗਏ ਤੇ ਇਹ ਚੀਜ਼ਾਂ ਜਿਹੜੀ ਕਰੋਨਾ ਵਾਂ ਇਸ ਛੋਟੇ ਛੋਟੇ ਜਿਹੜੀਆਂ ਆਰਗੈਨਿਕ ਚੀਜ਼ਾਂ ਨੇ ਉਹਨਾਂ ਦਾ ਘਰਾਂ 'ਚ ਇਸਤੇਮਾਲ ਕੀਤਾ ਜਾਵੇ ਤੇ ਕਰੋਨਾ ਖਤਮ ਹੋ ਜਾਏਗਾ ਬਿਲਕੁਲ ਖਤਮ ਹੋ ਜਾਏਗਾ ਲੇਕਿਨ ਲੋਕ ਛੋਟੀ ਛੋਟੀ ਕੇਅਰ ਕਰਦੇ ਨਹੀਂ ਕਲੀਨ ਕਾ ਤੇ ਜਾਂਦੇ ਆ ਵੱਡੇ ਵੱਡੀਆਂ ਡਾਕਟਰਾਂ ਦੇ ਕੋਲੋਂ ਫੀਸਾਂ ਭਰਦੇ ਆ ਉਹ ਮੇਰੇ ਕੋਲ ਆਉਂਦੇ ਆ ਮੇਰੇ ਕੋਲ ਆਉਂ ਡਾਕਟਰ ਸਾਖਬ ਕਾਦੇ ਵਾਸਤੇ ਆ ਬਿਲਕੁਲ ਮੈਂ ਉਹਨਾਂ ਦਾ ਇਲਾਜ ਕਰਦਾ ਵਾਂ ਉਹਦੇ ਵਾਸਤੇ ਆ ਮੈਡੀਕਲੀ ਵੀ ਇਲਾਜ ਕਰਾਂਗਾ ਜਿਹੜਾ ਮੈਂ ਦੇਖਦਾ ਵਾਂ ਵੀ ਇਹ ਪੇਸ਼ੈਂਟ ਏਜਡ ਆ ਇਹ ਜਿਹੜੀ ਚੀਜ਼ਾਂ ਜਿਹੜੀਆਂ ਮੈਡੀਕਲ ਨਾਲ ਇਹਦਾ ਸਟੋਮਿਕ ਜਿਹੜਾ ਵਾ ਇਹਦਾ ਹਰਜ ਹੋ ਸਕਦਾ ਵਾ ਖਰਾਬ ਹੋ ਸਕਦਾ ਵਾ ਇਹਦਾ ਜਿਹੜਾ ਲੀਵਰ ਆ ਉਹ ਖਰਾਬ ਹੋ ਸਕਦਾ ਵਾ ਉਹ ਮੈਂ ਉਹਨਾਂ ਨੂੰ ਆਰਗੈਨਿਕ ਚੀਜ਼ਾਂ ਨਾਲ ਵੀ ਮੈਂ ਰੱਖਿਆ ਵਾ ਸਿਸਟਮ ਆ ਵਾ 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 ਉਹਨਾਂ ਨੇ ਮੈਂ ਖਰਲਚ ਪਾ ਕੇ ਤੇ ਕੁੱਟ ਕੇ ਚੀਜ਼ਾਂ ਆ ਤੁਸੀਂ ਇੱਕ ਬੜਾ ਅੱਛਾ ਨੁਕਸਾ ਮੈਂ ਤੁਹਾਡੀ ਨਜ਼ਰ ਕਰਦਾ ਵਾ ਜੀ ਜੀ ਤੁਹਾਡੇ ਚੈਨਲ ਦੇ ਹਵਾਲੇ ਜੀ ਬਿਸਮਿਲ੍ਲਾ ਇਹ ਸੁਣਨ ਵਾਲਿਓ ਜਰਾ ਨੋਟ ਕਰ ਲੈਣਾ ਜੀ ਡੇਢ ਪਾ ਮਗਾ ਤੇ ਡੇਢ ਪਾ ਅਗਾ ਅਗਾ ਇਹ ਅਗਾ ਤੇ ਮਗਾ ਕਾਫੀ ਢੇਰ ਪਾ ਹੋਗਾ ਹਾਂਜੀ ਹਾਂਜੀ ਇਹ ਬੜਾ ਅੱਛਾ ਨੁਕਸਾ ਵਾ ਇੱਕ ਮਿੱਟੀ ਦਾ ਕੁਜਾ ਲੈ ਲੈਣਾ ਤੁਸੀਂ ਕੀ ਉਹਦੇ ਚ ਜਾਮ ਨੂੰ ਖੜਕਾਉਣੇ ਅਸੀਂ ਕੀ ਕਰਨਾ ਕੁਜਾ ਉਹਦੇ 'ਚ ਤੁਸੀਂ ਪਾਣੀ ਨਹਿਰ ਦੀ ਉਲਟੇ ਪਾਸਿਓਂ ਪਾਣੀ ਲੈਣਾ ਉਲਟੇ ਪਾਸੇ मतलब ਕਿ ਇਧਰਲੀ ਸਾਈਡ ਤੋਂ ਉਧਰੋਂ ਨਹੀਂ 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 ਨਹਿਰ ਦੀ ਇਹ ਸਾਈਡ ਤੋਂ ਪਾਣੀ ਕੱਢਣਾ ਉਹਦੇ 'ਚ 20 ਸਾਈਡ ਤੋਂ ਨਹੀਂ ਨਹੀਂ 20 ਸਾਈਡ ਤੋਂ ਜਾਨੀ ਕਿ ਜਿੱਧਰੋਂ ਆ ਰਹੀ ਆ ਹਾਂਜੀ ਉਧਰੋਂ ਨਹੀਂ ਨਹੀਂ ਜਿੱਧਰ ਜਾ ਰਹੀ ਆ ਜਾ ਰਹੀ ਆ ਉਧਰੋਂ ਉਧਰੋਂ ਪਾਣੀ ਲੈਣਾ ਵਾ 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 ਤੇ ਤੁਸੀਂ ਪਾਣੀ ਲੈ ਕੇ ਇਹ ਦੋਵੇਂ ਚੀਜ਼ਾਂ ਜਿਹੜੀਆਂ ਵਾ ਮਿਕਸ ਅਪ ਕਰ ਲੈਣੀਆਂ ਖਰਲ ਕਰ ਲੈਣੀਆਂ ਪੰਜਾਬੀ ਦੇ ਵਿੱਚ ਹਾਂਜੀ ਨਹੀਂ ਮੈਂ ਕਿੰਨਾ ਜ਼ਰਾ ਇੰਗਲਿਸ਼ ਦਾ ਜਰਾ ਮਾਹੌਲ ਵਿੱਚ ਘਟ ਕਰਾਂ ਤਾਂ ਕਿ ਇਜ਼ੀਲੀ ਲੋਕਾਂ ਤੱਕ ਕਨਵੇ ਹੋ ਜਾਵੇ ਹਾਂ ਜੀ ਇਹਨੂੰ ਖਰਲ ਕਰਕੇ ਤੇ ਫਿਰ ਚੁਰਲ ਵੀ ਕਰਨਾ ਜਾਂ ਖਰਲ ਇਹ ਕਹਿੰਦੇ ਖੰਨ ਨਹੀਂ ਗੱਲ ਬਣ ਜੇ ਖਰਲ ਨਾ ਹੋ ਜੇ ਤੇ ਉਹ ਖਰਲ ਕਰ ਲੈਣੀਆਂ ਵਾ ਖਰਲ ਕਰਕੇ ਇਹਨਾਂ ਨੂੰ 32 ਦਿਨ ਸਨਲਾਈਟ ਚ ਇਹਨੂੰ ਰੱਖਣਾ ਵਾ ਆਪ ਵੀ ਕੋਲ ਬਹਿ ਜਾਣਾ ਕਿਤੇ ਦਿਨ ਜੀ 32 ਦਿਨ ਦਿਲ ਤੇ ਕਰਦਾ ਡਾਕਟਰ ਸਾਹਿਬ ਮੈਂ ਤੁਹਾਡੇ 32 ਦੇ 32 ਦਿਨ ਤੋੜਦੇ ਆ 32 ਦਿਨ ਬੰਦਾ ਉੱਥੇ ਬੈਠਾ ਰਹੇ ਇਹ ਕੰਮ ਕਰਦੇ ਨਾ ਜਾਵੇ ਦੇਖੋ ਜੀ ਇਹ ਹੈ ਵੇ ਧੁੰਦਾ ਪਈਆਂ ਧੁੱਪਾਂ ਨਿਕਲ ਹੀ ਨਹੀਂ ਦੀਆਂ ਤੇ 32 ਦਿਨ ਮੈਂ ਕਿੱਥੇ ਰੱਖ ਕੇ ਕੁਜਾ ਬੈਠਾ ਰਹਾ ਮਾਂ ਉੱਥੇ ਅਗਲੇ ਮੈਨੂੰ ਘਰ ਦੇ ਕਹਿਣ ਕਿੱਥੇ ਤੂੰ ਕੁਜੇ ਕੋ ਕਿਉਂ ਬੈਠਾ ਉਹ ਤੇਰਾ ਅੱਬਾ ਕਿੱਥੇ ਉਹ ਕੁਜੇ ਕੋ ਬੈਠਾ ਜੀ ਦੇਖੋ ਜੀ ਤੁਸੀਂ ਆਪਣੀ ਬੱਚਿਆਂ ਦੀ ਵੀ ਕੇਅਰ ਕਰਦੇ ਹੋ ਨਾ ਇਹ ਜ਼ਿੰਦਗੀ ਜ਼ਿਆਦਾ ਅਜ਼ੀਜ਼ ਆ ਤੁਸੀਂ ਇਹਦੇ ਵਾਸਤੇ ਇਹ ਬੱਚਿਆਂ ਨਾਲੋਂ ਜ਼ਿਆਦਾ ਅਜ਼ੀਜ਼ ਹੈ ਕੁਜਾ ਸਾਨੂੰ ਇੰਜ ਲਾ ਲਓ ਮੀਂਦੋ ਦੇ ਵਿੱਚ ਇੱਕ ਤੁਹਾਡੀ ਜ਼ਿੰਦਗੀ ਦਾ ਇਹ ਅਛਾਈ ਵਾਸਤੇ ਜੋ ਤੁਹਾਡੀ ਬਿਹਤਰੀ ਵਾਸਤੇ ਵਿੱਚ ਚੀਜ਼ ਪਈ ਹੈ ਮੇਰੀ ਕਾਇਨਾਤ ਸਾਰੀ ਕੁਝੇ ਚ ਕੁਝੇ ਚ ਠੀਕ ਹੈ ਉਹ ਤੁਸੀਂ ਉੱਤੋਂ ਉਹ ਪੋਣਾ ਲੈ ਲੈਣਾ ਘਰਾਂ ਚ ਹੁੰਦੇ ਆ ਹੁੰਦੇ ਹੁੰਦੇ ਆ ਉਹ ਪੋਣਾ ਲੈ ਕੇ ਤੇ ਉੱਤੇ ਰੱਖੋ ਪੋਣਾ ਕਿਹੜਾ ਮਤਲਬ ਕਿ 17 ਟੈਕਸਟਾਈਲ ਦਾ ਲੈਣਾ ਜਾਂ ਮਤਲਬ ਲੋਕਲ ਲੈਣਾ ਪੋਣਾ ਕਿਹੜੀ ਲੋਕਲ ਨਹੀਂ ਬਣ ਜੇਗਾ ਹੁਣ ਲਾਣਾ ਵੀ ਇਹ ਡੱਬੀਆਂ ਵਾਲਾ ਕਿਹੜਾ ਪੋਣਾ ਉੱਤੇ ਨਹੀਂ ਤੇ ਤੁਸੀਂ ਐਵੇਂ ਗੱਲ ਵਧਾ ਰਹੇ ਹੋ ਨਹੀਂ ਬਾਕੀ ਮੈਂ ਕਹਿ ਰਿਹਾ ਸੀ ਵੀ ਕੋਈ ਲੈ ਲਓ ਪੋਣਾ ਕੋਈ ਡੱਬੀਆਂ ਵਾਲਾ ਲੈ ਚੈੱਕ ਵਾਲਾ ਲੈ ਲਓ ਕੋਈ ਚੈੱਕ ਵਾਲਾ ਲੈ ਲਓ ਚੈੱਕ ਕਰੋ ਤੁਹਾਡੇ ਕੋ ਹੋਏਗਾ ਨਹੀਂ ਨਹੀਂ ਹੋਇਆ ਮੈਂ ਤੇ ਇਸ਼ੂ ਹੈ ਮੇਰੇ ਕੋਲ اچھا 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 ਟਿਸ਼ੂ ਦਾ ਇਸਤੇਮਾਲ ਨਹੀਂ ਕਰਨਾ ਟਿਸ਼ੂ ਦਾ ਇਸਤੇਮਾਲ ਨਹੀਂ ਕਰਨਾ ਠੀਕ ਹੈ ਉਹ ਤੁਸੀਂ ਗੁੱਜਾ ਲੈ ਕੇ ਰੱਖ ਲੈਣਾ ਪੂਣਾ ਪੂਣਾ ਬੰਦ ਲਿਆ ਹਾਂਜੀ 35 ਦਿਨ ਤੋਂ ਬਾਅਦ 32 ਦਿਨ ਤੋਂ ਬਾਅਦ ਇਹ ਲਈਏ ਭੱਖਰ ਨੂੰ ਜਿਹੜੀ ਬੱਸ ਚੱਲਦੀ ਆ ਉਹਦੇ ਕੰਡੈਕਟਰ ਨੂੰ ਗੁੱਜਾ ਫੜਾ ਦੇਣਾ ਪੱਕੇ ਟਾਈਮ ਜਿਹੜੇ ਜਾਂਦੇ ਜਾਂ ਲੋਕਲ ਬਤਰੋ ਕੇ ਜੀ ਕਿਨੂੰ ਫੜਾਉਣਾ ਨਿਆਜ਼ੀ ਟਾਈਮ ਵਾਲਿਆਂ ਨੂੰ ਜਾਂ ਮਤਲਬ ਨਹੀਂ ਪੱਕੇ ਟਾਈਮ ਪੱਕੇ ਟਾਈਮ ਜਿਹੜੇ ਚਾਹਦੇ। ਅੱਛਾ ਅੱਛਾ। ਬਲੋਚ ਵਾਲੇ ਜ਼ਿਆਦਾ ਜਲਦੀ ਲੈ ਕੇ ਜਾਂਦੇ। ਬਲੋਚ ਵਾਲੇ ਠੀਕ। ਉਹਨੂੰ ਕੀ ਕਹਿਣਾ ਜੀ ਇਹ ਕੁਜਾ ਮੇਰੇ ਪਿਓ ਦੀਆਂ ਇੱਚ ਆਰਤੀਆਂ ਨੇ ਇਹਨਾਂ ਨੂੰ ਤੁਸੀਂ ਦਰਿਆਪੁਰਦ ਕਰ ਦੇਣਾ। ਤੁਸੀਂ ਇਹ ਮੈਨੂੰ ਮੇਰੇ ਨੁਕਸੇ ਨੂੰ ਫਾਲੋ ਕਰਨਾ ਵਾ ਜਾਂ ਤੁਸੀਂ ਕੋਈ ਮੇਰੀ ਗੱਲ ਸੁਣੋ। ਇਹ ਤੁਸੀਂ ਨਹੀਂ ਕਰੋਨਾ ਮੈਨੂੰ ਕੁਜਾ ਮੈਂ ਉਹਨੂੰ ਕਿਉਂ ਦੇਵਾਂ ਯਾਰ ਤੂੰ ਇਹਦੇ ਡਾਕਟਰ ਸਾਹਿਬ ਇਹਦੇ ਦੇਖੋ ਵੀ ਕੁਜਾ ਉਹਨੂੰ ਮੈਂ ਦੇ ਦਿਆਂ। ਮੈਂ ਅੱਛਾ ਜੀ ਕੁਜਾ ਦੇ ਦਿੱਤਾ ਤੁਸੀਂ ਨਾ। ਦਿੱਤਾ ਜੀ। ਕੁਜਾ ਦੇਣ ਤੋਂ ਬਾਅਦ ਕੁਝ ਦਿਨ ਫਿਰ ਉਹ ਕੁਜੇ ਵਾਲੇ ਨੂੰ ਲੱਭਦੇ ਰਹਿਓ। ਕਿ ਮੈਂ ਕੁਜਾ ਕਿਨੂੰ ਦੇਤਾ ਹੈ ਕੁਜਾ ਦੇਣ ਤੋਂ ਬਾਅਦ ਤੁਸੀਂ ਕਿਸੇ ਅੱਛੇ ਜਿਹੇ ਡਾਕਟਰ ਨਾਲ ਕੰਸਰਨ ਕਰਨਾ ਅੱਛਾ ਉਹਦੇ ਨਾਲ ਟਾਈਮ ਬਣਾਣਾ ਤੇ ਉਹਨੂੰ ਕਹਿਣਾ ਕਿ ਡਾਕਟਰ ਸਾਹਿਬ ਮੇਰਾ ਕੁਜਾ ਗਵਾਚ ਗਿਆ ਨਹੀਂ 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 ਹਾਂ ਉਹਦੇ ਕੋਲੋਂ ਤੁਸੀਂ ਮੈਡੀਸਿਨ ਲੈਣੀ ਹੈ ਅੱਛਾ ਮੈਡੀਸਿਨ ਲੈ ਕੇ ਖਾਓ ਤੇ ਤੁਹਾਨੂੰ ਕਰੋਨਾ ਖਤਮ ਤੇ ਯਾਰੋ ਕੁਜੇ ਦਾ ਕੀ ਜੇ ਮੈਡੀਸਿਨ ਲੈਣੀ ਤੇ ਫਿਰ ਕੁਜੇ ਦੇ ਵਿੱਚ ਤੁਸੀਂ ਅਗਾ ਮਗਾ ਵਿੱਚ ਬੱਤੀ ਦੇਣ ਤੇ ਉੱਤੇ ਪੋਣਾ ਸਾਰਾ ਉਹ ਕੀ ਹੈ ਉਹ ਦੇਖੋ ਉਹ ਇੱਕ ਮੈਡੀਸਨ ਹੀ ਆ ਡਾਕਟਰ ਸਾਹਿਬ ਅਗਰ ਤੁਹਾਨੂੰ ਕੋਈ ਅੱਛਾ ਡਾਕਟਰ ਮਿਲੇ ਨਾ ਤੁਸੀਂ ਵੀ ਦਵਾਈ ਲਵੋ ਮਿਹਰਬਾਨੀ ਤੁਹਾਡੀ ਇਹ ਤੁਸੀਂ ਕਲੀਨਿਕ ਤੁਹਾਡਾ ਹੈਗਾ ਜਾਂ ਸਾਈਕਲ ਤੇ ਫਿਰ ਤੋਰ ਕੀ ਬਕਵਾਸ ਕਰਦੇ ਹੋ ਬੀਜ਼ਨੇਬਲ ਡਾਕਟਰ ਆ ਇੱਕ ਮੈਡੀਕਲ ਦੇ ਹਵਾਲੇ ਨਾਲ ਉਹ ਤੇ ਪੁਰਾਣੇ ਜ਼ਮਾਨੇ ਹੁੰਦੇ ਸੀ ਜਦੋਂ ਸਾਈਕਲਾਂ ਤੇ ਲੋਕ ਜਾਂਦੇ ਸੀ ਅਸੀਂ ਵੀ ਦੇਖਿਆ ਲੇਕਿਨ ਮੇਰੀ ਤੇ ਹੁਣ ਬਾਹਰ ਸਿਟੀ ਖੜੀ ਹੈ ਉਹ ਸਿਟੀ ਉਹ ਜਿਹੜਾ ਚੌਕੀਦਾਰ ਮਾਰਦਾ ਜਾਂ ਫੁੱਟਬਾਲਰ ਦੇ ਵਿੱਚ ਅੰਪਾਇਰ ਮਾਰਦਾ ਸਿਟੀ ਉਹ ਗੱਡੀ ਦੀ ਗੱਲ ਕਰਦੇ ਆ ਅੱਛਾ ਗੱਡੀ ਸਿਟੀ ਤੁਹਾਡੇ ਕੋ ਹਾਂਜੀ ਹਾਂਜੀ ਤਹਾਡੀ ਆਪਣੀ ਹੈ ਜੀ ਜੀ ਬੜੀ ਗੱਲ ਹੈ ਜੀ ਡਾਕਟਰ ਸਾਹਿਬ ਐਸੇ ਮੈਂ ਤੁਹਾਡੀ ਗੁਫਤਗੋਤੋਂ ਬੜਾ ਮਤਾਸਰ ਤੇ ਨਹੀਂ ਹੋਇਆ ਲਿਹਾਜ਼ਾ ਮੇਰਾ ਦਿਲ ਕਰਦਾ ਹੈ ਕਿ ਮੈਂ ਤੁਹਾਨੂੰ ਆਪ ਬਾਹਰ ਛੱਡ ਕੇ ਆਵਾਂ ਮਿਹਰਬਾਨ ਤੇ ਇੱਜ਼ਤ ਐਸੇ ਜੀ ਹੈ ਕਿ ਤੁਸੀਂ ਆਪ ਹੀ ਚਲੇ ਜਾ ਮਿਹਰਬਾਨੀ ਤੁਹਾਡੀ ਨਹੀਂ ਮੈਂ ਦੇਖੋ ਜੀ ਤੁਸੀਂ ਕਾਲ ਕਰਕੇ ਮੈਨੂੰ ਆਪ ਤੁਸੀਂ ਹਾਇਰ ਕੀਤਾ ਵਾ ਮੈਂ ਜ਼ਿੰਦਗੀਆਂ ਬਚਾਉਣ ਵਾਸਤੇ ਮੈਂ ਕਿਸੇ ਜਗ੍ਹਾ ਤੇ ਵੀ ਜਾ ਸਕਦਾ ਮੈਂ ਸੋਸ਼ਲ ਵੈਲਫੇਅਰ ਦੇ ਵੀ ਕੰਮ ਕਰਦਾ ਵਾਂ ਤੂੰ ਇੱਥੋਂ ਜਾ ਸਕਦਾ ਕਿ ਨਹੀਂ ਜਾ ਸਕਦਾ ਇਹ ਦੱਸਦੇ ਗੱਲ ਇਹ ਆ ਵੀ ਜਿਹੜੀ ਮੈਡੀਕਲ ਸ਼ੋਭਾ ਵਾ ਡਾਕਟਰ ਸਾਹਿਬ ਬੜਾ ਤੁਹਾਡਾ ਖਰਾਬ ਗਰਮੇ ਅਰਗਾ ਸੇ ਰਹਾ ਹੈ ਤੁਹਾਨੂੰ ਕਿਉਂ ਨਹੀਂ ਸਮਝ ਲੱਗ ਰਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਨਿਕਲੋ ਇੱਥੋਂ ਮੈਡੀਕਲ ਮੈਂ ਸਮਝ ਗਿਆ ਜੇ ਡੱਗ ਤੂੰ ਡਾਕਟਰ ਹੈਗਾ ਨਾ ਮੇਰਾ ਸਾਰਾ ਟਾਈਮ ਜ਼ਾਇਆ ਕਰ ਦਿੱਤਾ ਤੂੰ ਲੋਕ ਸੁਣ ਕੇ ਕੀ ਸਾਡੇ ਬਾਰੇ ਸੋਚਦੇ ਹੋਣਗੇ ਮੈਂ ਕਹਿੰਨਾ ਵੀ ਇਹ ਦੇਖੇ ਮੈਂ ਕੀ ਕਹਿਣਾ ਜੋ ਮੈਂ ਕਹਿਣਾ ਉਹ ਤਾਂ ਕਰ ਪਹਿਲੇ ਮੈਡੀਕਲ ਦੇ ਹਵਾਲੇ ਦੇ ਨਾਲ ਜਿਹੜੇ ਮੈਂ ਡਾਕਟਰ ਸਾਹਿਬ ਆਉਂਦੇ ਆ ਤੁਹਾਨੂੰ ਚਾਹ ਭਲਾਈ ਹੈ ਬਿਸਕੁਟ ਖੁਲਾਏ ਆ ਬਿਲਕੁਲ ਸਹੀ ਮੈਨੂੰ ਉਹ ਪੈਸੇ ਦੇ ਦਿਓ ਤੁਹਾਡੀ ਮੇਰੀ ਗੱਲ ਸੁਣੋ ਨਹੀਂ 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 ਤੁਸੀਂ ਕਲੀਨਿਕ ਤੇ ਡਾਕਟਰ ਸਾਹਿਬ ਮੈਂ ਜਿਹੜੀ ਇੱਜ਼ਤ ਨਾਲ ਤੁਹਾਨੂੰ ਮੈਂ ਮੈਂ ਖਰੇ ਉਹ ਕੱਪ ਵੀ ਤੋੜਨਾ ਜਿੱਚ ਤੂੰ ਪੀਤੀ ਹੈ ਅੱਲਾਹ ਸਾਹਿਬ ਤੁਰੀ ਗੱਲ ਸੁਣੋ ਤੁਸੀਂ ਮੇਰੇ ਕਲੀਨਿੰਗ ਤੇ ਤਸ਼ਰੀਫ ਲਿਆ ਮੈਂ ਮੈਂ ਪਾਗਲਾ ਮੈਂ ਤੇ ਅੱਗ ਲਾਉਣੀ ਤੇਰੇ ਕਲੀਨਿੰਗ ਨੂੰ ਮੈਂ ਇਹਦੇ ਇਹਦੇ ਤੁਹਾਨੂੰ ਵੱਟੇ ਚ ਮੈਂ ਤੁਹਾਨੂੰ ਚਾਹ ਹੋਰ ਮੈਂ ਮੈਂ ਉੱਥੇ ਵੱਟੇ ਮਾਰਾਂਗਾ ਤੇਰੇ ਇਹਦੇ ਵੱਟੇ ਮੈਂ ਮਾਰਾਂਗਾ ਤੇਰੇ ਸਿਰ ਤੇ ਖੁਦਾ ਦੀ ਕਸਮ ਮੈਂ ਦੇਖਿਆ ਡਾਕਟਰ ਜਿਹੜੇ ਹੁੰਦੇ ਨੇ ਨਾ ਮੈਂ ਦੇਖਿਆ ਖੂਬ ਸੂਰਤ ਡਾਕਟਰ ਹੁੰਦੇ ਨੇ ਪਾਇਦਾਰ ਗੱਲਾਂ ਕਰਦੇ ਨੇ ਦੇਖੋ ਜਦੋਂ ਡਾਕਟਰ ਆਪਰੇਸ਼ਨ ਤੇ ਇੱਥੇ ਚੋਂ ਨਾੜ ਕੱਢਦਾ ਨਾ ਜਿਹੜੀ ਪੈਂਟਕਸ ਦੀ ਜੀ ਜੀ ਉਹ ਤੇਰੇ ਰਗੇ ਨੂੰ ਫੜਾਉਂਦਾ ਵੀ ਕਾਕਾ ਇਹਨੂੰ ਦੂਰ ਸੁੱਟ ਕੇ ਆ ਏਰੀਆ ਦੇ ਡਾਕਟਰ ਯਕੀਨ ਕਰ آپریشن تھیਟਰ ਦੇ ਵਿੱਚ ਵੱਡੀਆਂ ਲਾਈਟਾਂ ਲਾ ਕੇ ਨਾ ਤੇ ਡਾਂਸ ਕਰ ਰਹੇ ਹੁੰਦੇ ਦਿਲ ਮੇਰੇ ਹੈਦਰ ਦੇ ਡਿਸਕ ਦਰਦੇ ਡਿਸਕ ਕੋ ਕਿਹੜੇ ਕੁਪੜੇ ਲੋਗ ਹੋਣੇ ਨੇ ਮੈਂ ਤੁਹਾਨੂੰ ਪਤਾ ਵੀ ਏਥੈਂਟਿਕ ਤੇ ਰੀਜ਼ਨੇਬਲ ਮੈਂ ਡਾਕਟਰ ਆ ਮੇਰੀ ਟਾਈਮ ਹੋ ਗਿਆ ਤੁਹਾਡੇ ਕੋ ਪੌਣੇ 9 ਵਜੇ ਬਿਲਾ ਸਾਹਿਬ ਹੋਏ ਬਸ ਫਿਰ ਪੌਣੇ 9 ਵਜੇ ਤੁਹਾਨੂੰ ਚਪੇਣਾ ਪੈਣੀ ਹੈ ਮੇਰੀ ਗੱਲ ਸੁਣੋ ਉਠੋ ਉਠੋ ਪਤਾ ਕੀ ਯਾਰ ਡਾਕਟਰ ਸਾਹਿਬ ਤੁਹਾਡੀ ਮਿਹਰਬਾਨੀ ਸੁਣ ਚਲੋ ਮੇਰੀ ਗੱਲ ਸੁਣੋ ਇੰਜ ਉਹ ਡਾਕਟਰ ਜਾ ਇੱਥੇ ਤੈਨੂੰ ਮੈਂ ਕਹਿੰਦੇ ਆ ਜਾ ਅਲਵੇਲਾ ਸਾਹਿਬ ਮੈਂ ਅਲਵੇਲਾ ਡਾਕਟਰ ਪਤਾ ਨਹੀਂ ਕਿੰਨੇ ਤੈਨੂੰ ਡਾਕਟਰ ਬਣਾਇਆ ਤੇਰੀ ਤਾਂ ਡਿਗਰੀ ਜਾਲੀ ਆ ਚੱਲ ਇੰਜ ਨਹੀਂ ਕਰੀਦਾ ਘਰ ਬੁਲਾ ਕੇ ਕਿਸੇ ਕੋਈ ਉਂਝ ਵੀ ਨਹੀਂ ਕਰੀਦਾ ਡਾਕਟਰ ਚੱਲ ਚੱਲ ਮੇਰਾ ਭਰਾ ਮੇਰੀ ਗੱਲ ਸੁਣੋ ਪੂਆ ਖੋਲੋ ਮਾੜਾ ਜਿਆ ਉਹ ਮਾੜਾ ਜਿਆ ਕੀ ਤੇਰੀ ਅੰਦਰ ਕੋਈ ਸ਼ਹਿਰ ਹੈਗੀ ਆ ਪਾਣੀ ਦਾ ਕੋਈ ਇਦਾਂ ਨਹੀਂ ਪੀਦਾ ਕਿ ਸਭ ਪਾਣੀ ਤੇ ਚਾਹ ਚੁਪਿਆ ਹੀ ਨਹੀਂ ਤੈਨੂੰ ਮੇਰੀ ਗੱਲ ਸੁਣੋ ਮੈਂ ਜੇ ਕੋਈ ਜਾਲੀ ਡਾਕਟਰ ਹੋਵਾਂ ਨਾ ਤੇ ਜੋ ਮਰਜ਼ੀ ਮੈਨੂੰ ਕੋਈ ਸਜ਼ਾ ਦਿਓ ਇੰਜ ਨਹੀਂ ਕਿਸੇ ਨੂੰ ਘਰ ਬੁਲਾ ਕੇ ਕਰੀਦਾ ਹੁੰਦਾ ਤੂੰ ਚੱਲ ਚੱਲ ਮੈਂ ਕਿੱਦਾਂ ਜਾਵਾਂ ਹੁਣ ਧਰਮਪੁਰਾ ਪਤਾ ਕਿੱਥੇ ਆ ਮੈਂ ਕਿੱਦਾਂ ਉਹ ਧਰਮਪੁਰਾ ਤੂੰ ਮੈਂ ਕਿਹਾ ਜਿਹੜਾ ਵੀ ਪੁਰਾ ਹੋਵੇ ਉਹਨਾਂ ਵੀ ਇੱਥੇ ਤੇਰੇ ਨਾਲ ਬਹੁਤ ਪੁਰਾ ਹੋ ਜਾਵੇ ਮੈਂ ਚੱਲ ਪੁਰਾ ਨਹੀਂ ਕਰੀਦਾ ਹੁੰਦਾ ਕਿਸੇ ਨਾਲ ਏਦਾਂ ਨਹੀਂ ਗੱਲ ਸਮਝੀਂਦੇ ਪਤਾ ਨਹੀਂ ਕਿਹਦਾ ਕੋਟ ਪਾ ਕੇ ਟੂਟੀਆਂ ਲਾ ਕੇ ਆ ਗਿਆ ਮੈਂ ਡਾਕਟਰ ਹਾਂ ਤੇਰੇ ਵਰਗੇ ਮੈਂ 20 ਡਾਕਟਰ ਵੇਖੇ ਆ ਨਹੀਂ ਮੈਂ ਹੁਣ ਏਦਾਂ ਜਾਵਾਂ ਧਰਮਪੁਰੇ ਤੂੰ ਜਾਣਾਂ ਕਿ ਨਹੀਂ ਹੋਰ ਮੈਂ ਤੇਨੂੰ ਪੁੱਤਾ ਕਰਾ ਦਿਆਂ ਹੁਣ ਜਾ ਚਲਾ ਜਾ ਦਾ ਨਹੀਂ ਕਰੀਦਾ ਕਿਸੇ ਨਾਲ ਕਿਸੇ ਡਾਕਟਰ ਨਾਲ ਜੀ ਨਾਜ਼ਰੀਨ ਇਹ ਤੁਹਾਡੇ ਲਈ ਇੱਕ ਮੈਸੇਜ ਸੀ ਕਿਉਂਕਿ ਇਸ ਡਾਕਟਰ ਨੂੰ ਮੈਂ ਇਸ ਲਈ ਬੁਲਾਇਆ ਸੀ ਕਿ ਇਹਦੀ ਮੈਂ ਸੀਵੀ ਪੜ੍ਹੀ ਸੀ ਉੱਤੇ ਲਿਖਿਆ ਸੀ ਐਮਬੀਬੀਐਸ ਇਹ ਮੈਨੂੰ ਲੱਗਦਾ ਕਿ ਇਹਨੇ ਆਪਣੇ ਹੱਥ ਨਾਲ ਆਪ ਲਿਖਿਆ ਸੀ ਨਾਜ਼ਰੀਨ ਇਹ ਅਤਾਈ ਡਾਕਟਰ ਨੇ ਜਿਹੜੇ ਗਲੀਆਂ ਮੱਲਿਆਂ ਚ ਪਿੰਡਾਂ ਚ ਬੈਠੇ ਨੇ ਜਿਹੜੇ 4 ਦਿਨ ਮੈਡੀਕਲ ਸਟੋਰ ਤੇ ਕੰਮ ਕਰਕੇ ਤੇ ਮੁੜ ਕੇ ਆਪਣਾ ਕਲੀਨਿਕ ਖੋਲ ਲੈਂਦੇ ਨੇ ਇਹ ਬੜੇ-ਬੜੇ ਦੀਆਂ ਜ਼ਿੰਦਗੀਆਂ ਨਾਲ ਖੇਡ ਜਾਂਦੇ ਨੇ ਤੇ ਆਪਣੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਇਹੋ ਜਿਹਾ ਅਤਾਈ ਡਾਕਟਰ ਕੋਈ ਤੁਹਾਨੂੰ ਨਜ਼ਰ ਆਵੇ ਤੇ ਮਤਲਕਾ ਜਿਹੜਾ ਇਹਨਾਂ ਦਾ ਆਧਾਰਾ ਹੈ ਉਹਨੂੰ ਇਤਲਾਹ ਕਰੋ ਔਰ ਇਹਨਾਂ ਦਾ ਕਲੀਨਿਕ ਬੰਦ ਕਰਵਾਓ ਤਾਂ ਕਿ ਇਨਸਾਨੀ ਜ਼ਿੰਦਗੀਆਂ ਬਚ ਜਾਣ ਅੱਛੇ ਡਾਕਟਰ ਨੂੰ ਹਮੇਸ਼ਾ ਵਖਾਓ ਅੱਲਾ ਦਾ ਵਾਸਤਾ ਜੀ ਇਹਨਾਂ ਅਤਾਈ ਡਾਕਟਰਾਂ ਕੋਲੋਂ ਬਚੋ ਨਾਜ਼ਰੀਨ ਅਗਰ ਜ਼ਿੰਦਗੀ ਦੇ ਵਿੱਚ ਤੁਹਾਡਾ ਵੀ ਇਹੋ ਜਿਹਾ ਕਿਸੇ ਅਤਾਈ ਡਾਕਟਰ ਨਾਲ ਵਾਪਿਆ ਹੈ ਤੇ ਆਪਣੇ ਇਰਤ ਗਿਰਦ ਦੇਖਦੇ ਰਹੋ ਔਰ ਇਸ ਮਹਿਕਮੇ ਨੂੰ ਇਤਲਾਹ ਕਰਦੇ ਰਹੋ ਇਹਦੇ ਥੱਲੇ ਕਮੈਂਟਸ ਜ਼ਰੂਰ ਕਰਨੇ ਕਿ ਸਾਡੇ ਨਾਲ ਵੀ ਇਹ ਵਕੂਆ ਹੋਇਆ ਹੈ ਸਾਡੀ ਜ਼ਿੰਦਗੀ 'ਚ ਤੇ ਬੜੇ ਐਸੇ ਵਕੂਏ ਹੋਏ ਨੇ ਅਤਾਈ ਡਾਕਟਰਾਂ ਨੇ ਜ਼ਿੰਦਗੀਆਂ ਲੈ ਲੀਆਂ ਨੇ ਤੇ ਇਨਸ਼ਾਅੱਲਾ अगले सैगमेंट च नए प्रोग्राम के फिर मुलाकात होएगी अपना बहुत सारा ख्याल रखना रब रखा अगर आप हमारी मजीद वीडियोज़ देखना चाहते हैं तो हमारा चैनल सब्सक्राइब करें और बेल आइकॉन दबा दें ऐसे करके